ਜੀ ਬਲੈਸ ਯੂ। ਪ੍ਰਭੂ ਦਾ ਆਪਾਂ ਧੰਨਵਾਦ ਕਰਦੇ ਹਾਂ, ਯੈਪ। ਪ੍ਰਭੂ ਦੀ ਆਪਾਂ ਵਡਿਆਈ ਕਰਦੇ ਹਾਂ ਕਿ ਅੱਜ ਦੇ ਦਿਨ ਵਿੱਚ ਆਪਾਂ ਫੇਰ ਜੀਂਦੇ ਹਾਂ ਅਤੇ ਖਤਰੇ ਤੋਂ ਬਾਹਰ ਹਾਂ। ਆਮੇਨ। ਅਮੇਨ ਅਮੇਨ। ਜੇ ਉੱਦਾਂ ਦੇਖੀਏ ਆਪਾਂ ਹਰ ਵੇਲੇ ਖਤਰੇ 'ਚੋਂ ਹਾਂ, ਕਰਕੇ ਬੈਰੀਸ ਹਰ ਵੇਲੇ ਪਰਮੇਸ਼ੁਰ ਦੇ ਲੋਕਾਂ ਦੇ ਦੁਆਲੇ ਰਹਿੰਦਾ। ਪ੍ਰਭੂ ਦੀ ਕਿਰਪਾ ਆ ਕਿ ਉਹਦੇ ਸਵਰਗ ਦੂਤ ਵੀ ਸਾਡੀ ਰਾਖੀ ਕਰਦੇ ਅਮੇਨ। ਦੈਟਸ ਰਾਈਟ। ਅਤੇ ਉਹ ਸਾਨੂੰ ਹੱਥ ਨਹੀਂ ਲਾ ਸਕਦੇ ਜਿੰਨਾ ਚਿਰ ਪਿਤਾ ਪਰਮੇਸ਼ੁਰ ਜੀ ਅਲਾਉ ਨਾ ਕਰਨ। ਸੋ ਆਪਾਂ ਪਿਤਾ ਪਰਮੇਸ਼ੁਰ ਜੀ ਦਾ ਧੰਨਵਾਦ ਅਤੇ ਉਹਨਾਂ ਦਾ ਸ਼ੁਕਰ ਕਰਦੇ, ਉਹਨਾਂ ਦੀ ਵਡਿਆਈ ਕਰਦੇ ਹਾਂ ਕਿ ਉਹਨਾਂ ਦਾ ਵਚਨ ਜਿਹੜਾ ਹੈ ਉਹ ਸੱਚਾ ਅਟਲ ਹੈਗਾ ਆ, ਜੋ ਕਹਿੰਦੇ ਆ ਉਹ ਪੂਰਾ ਹੁੰਦਾ ਹੈ। ਸੋ ਆਪਾਂ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਅਮੇਨ। ਸਾਡੇ ਨਾਲ ਜੁੜਦੇ ਹਾਂ ਅਤੇ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਅਤੇ ਆਪਾਂ ਪਿਤਾ ਪਰਮੇਸ਼ੁਰ ਜੀ ਦਾ, ਯਿਸੂ ਮਸੀਹ ਜੀ ਦਾ, ਪਵਿੱਤਰ ਆਤਮਾ ਦਾ ਅਤੇ ਸਵਰਗ ਦੂਤਾਂ ਦਾ ਵੀ ਸਵਾਗਤ ਕਰਦੇ ਹਾਂ, ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ। ਆਪਣਾ ਇਕੱਠੇ ਹੋਣਾ ਵਿਅਰਥ ਹੋਣਾ ਆ ਜੇ ਉਹ ਸਾਡੇ ਵਿੱਚ ਨਾ ਹੋਣ। ਸੋ ਅਸੀਂ ਆਪਣੇ ਆਪ ਨੂੰ ਤੁਹਾਨੂੰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਹਾਂ ਅਤੇ ਉਹਦਾ ਧੰਨਵਾਦ ਕਰਦੇ ਕਿ ਉਹ ਕਹਿੰਦਾ ਜਦੋਂ ਤੁਸੀਂ ਮੈਨੂੰ ਪੁਕਾਰਦੇ ਹਾਂ ਤਾਂ ਮੈਂ ਤੁਹਾਡੇ ਕੋਲ ਹਾਂ। ਇਸ ਵੇਲੇ ਉਹ ਸਾਡੇ ਨਾਲ ਜਿੱਥੇ ਭਾਵਾਂ ਆਪਾਂ ਇੱਕ ਦੂਜੇ ਤੋਂ ਅਲੱਗ ਹਾਂ, ਇਸ ਵੇਲੇ ਸਰੀਰ ਦੇ ਵਿੱਚ ਅਲੱਗ ਹਾਂ ਪਰ ਆਤਮਾ ਦੇ ਵਿੱਚ ਆਪਾਂ ਜੁੜ ਸਕਦੇ ਹਾਂ। ਅਮੇਨ ਆਮੇਨ। ਸੋ ਹਾਂ, ਤੁਸੀਂ ਲਿੰਕ ਜ਼ਰੂਰ ਦੂਜਿਆਂ ਨਾਲ ਸ਼ੇਅਰ ਕਰਨਾ, ਕਿਉਂਕਿ ਜਿਹੜੀਆਂ ਬਰਕਤਾਂ ਆਪਾਂ ਆਪਣੇ ਲਈ ਲੈਣੀਆਂ ਚਾਹੁੰਦੇ ਹਾਂ ਆਪਾਂ ਦੂਜਿਆਂ ਨੂੰ ਵੀ ਦੇ ਸਕੀਏ। ਇਹਦੇ ਵਿੱਚ ਆਪਾਂ ਬਿਲਕੁਲ ਵੀ ਲਾਪਰਵਾਹੀ ਨਾ ਕਰੀਏ, ਕਰਕੇ ਇਹ ਆਪਾਂ ਇੱਕ ਬੀਜ ਬੀਜਦੇ ਹਾਂ। ਜੋ ਬੀਜ ਬੀਜਾਂਗੇ ਤਾਂ ਉਹਦਾ ਫਲ ਵੀ ਵੱਢਾਂਗੇ, ਪਰ ਜੇ ਬੀਜਿਆ ਨਹੀਂ ਤਾਂ ਫਿਰ ਅਸੀਂ ਫਲ ਵੀ ਨਹੀਂ ਵੱਢ ਸਕਦੇ। ਇਸ ਕਰਕੇ ਆਹ ਅਖੀਰੀ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ, ਬਹੁਤ ਸਾਰੀਆਂ ਰੂਹਾਂ ਆ ਜਿਹੜੀਆਂ ਪਰਮੇਸ਼ੁਰ ਨੂੰ ਭਾਲਦੀਆਂ ਫਿਰਦੀਆਂ ਆ। ਉਹ ਤਿਆਰ ਆ, ਫਸਲ ਤਾਂ ਪੱਕੀ ਆ ਪਰ ਵਾਢੇ ਥੋੜ੍ਹੇ ਆ। ਇਟ ਇਜ਼ ਯੈਸ। ਸੋ ਆਪਾਂ ਉਸ ਫਸਲ ਤੱਕ ਇਹ ਬਚਨ ਪਹੁੰਚਾਉਣਾ ਆ ਤਾਂ ਕਿ ਫਸਲ ਜਿਹੜੀ ਪੱਕੀ ਆ ਉਹ ਡੈ ਕੇ ਨਾਸ਼ ਨਾ ਹੋ ਜਾਵੇ। ਸੋ ਇਹ ਬਚਨ ਜ਼ਰੂਰ ਤੁਸੀਂ ਉਹਨਾਂ ਤੱਕ ਭੇਜਣਾ ਆ ਅਤੇ ਤੁਸੀਂ ਉਹਦੀ ਮਿਹਨਤ ਜਿਹੜੀ ਇਹ ਤੁਸੀਂ ਕਰਨੀ ਆ, ਜਿਹੜਾ ਇਹ ਬੀਜ ਬੀਜਣਾ ਆ ਉਹਦਾ ਫਲ ਵੀ ਤੁਸੀਂ ਵੱਢਣਾ ਆ। ਸੋ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਤੁਹਾਡੇ ਜੀਵਨਾਂ ਵਾਸਤੇ। ਜ਼ਰੂਰ ਤੁਸੀਂ ਇਹ ਲਿੰਕ ਦੂਜਿਆਂ ਨਾਲ ਸ਼ੇਅਰ ਕਰੋ, ਗੱਲਬਾਤ ਕਰੋ। ਜਦੋਂ ਤੁਸੀਂ ਬਚਨ ਦੂਜਿਆਂ ਨਾਲ ਸ਼ੇਅਰ ਕਰਦੇ ਹਾਂ ਹਾਂਜੀ ਜਾਂ ਦੇਖਦੇ ਹਾਂ ਤਾਂ ਫਿਰ ਕਿਸੇ ਦੇ ਨਾਲ ਕਿਸੇ ਨਾਲ ਉਹ ਗੱਲ ਦਾ ਜ਼ਿਕਰ ਵੀ ਕਰੋ। ਬਹੁਤ ਵਾਰੀ ਅਸੀਂ ਦੇਖ ਲੈਂਦੇ ਹਾਂ ਅਤੇ ਉਹਦਾ ਜ਼ਿਕਰ ਨਹੀਂ ਕਰਦੇ ਅਤੇ ਉਹ ਥੋੜ੍ਹੇ ਚਿਰ ਬਾਅਦ ਸਾਨੂੰ ਚੇਤਾ ਵੀ ਭੁੱਲ ਜਾਂਦਾ ਆ। ਪਰ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਕਨਫੈਸ ਕਰਦੇ ਹਾਂ ਤਾਂ ਸਾਨੂੰ ਗੱਲਾਂ ਚੇਤੇ ਰਹਿਣ ਲੱਗਦੀਆਂ ਆ। ਆਮੇਨ। ਸੋ ਅਜੋ ਆਪਾਂ ਬਚਨ ਪੜ੍ਹਦੇ ਹਾਂ। ਇਹ ਬਚਨ ਹੈਗਾ ਆ ਯੋਹੰਨਾ ਦੀ ਕਿਤਾਬ, ਗੋਸਪਲ ਜਿਹੜਾ ਆ ਜੋਨ, ਉਹਦਾ ਚੈਪਟਰ 12:44-50 ਤੱਕ। ਯੋਹੰਨਾ 12:44 ਤੋਂ ਲੈ ਕੇ 50 ਤੱਕ, ਠੀਕ ਆ ਜੀ। ਆਪਾਂ ਸਾਰੇ ਇਸ ਬਚਨ ਨੂੰ ਦੇਖਦੇ ਹਾਂ। ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਜ਼ਰੂਰ ਪੈੱਨ ਅਤੇ ਬੁੱਕ ਰੱਖਿਆ ਕਰੋ ਜਿਹਦੇ ਵਿੱਚ ਲਿਖ ਸਕਦੇ ਹਾਂ ਅਤੇ ਮਗਰੋਂ ਚੈੱਕ ਕਰ ਸਕਦੇ ਹਾਂ। ਜੇ ਤੁਸੀਂ ਇੰਨੀ ਕਾਹਲੀ ਆ ਤਾਂ ਬਚਨ ਆਪਣੇ ਕੋਲ ਰੱਖੋ, ਜਦੋਂ ਆਪਾਂ ਬਚਨ ਪੜ੍ਹਦੇ ਹਾਂ ਤੁਸੀਂ ਵੀ ਪੜ੍ਹ ਸਕੋ। ਆਮੇਨ। ਤਾਂ ਆਪਾਂ ਪੜ੍ਹਦੇ ਹਾਂ 44 ਤੋਂ ਲੈ ਕੇ 50 ਤੱਕ। ਯਿਸੂ ਨੇ ਉੱਚੀ ਆਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨੀਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ, ਸਗੋਂ ਉਸ ਉੱਤੇ ਨੀਚਾ ਕਰਦਾ ਹੈ ਜਿਨ ਮੈਨੂੰ ਘੱਲਿਆ ਹੈ, ਔਰ ਜੋ ਮੈਨੂੰ ਵੇਖਦਾ ਹੈ ਸੋ ਉਹਨੂੰ ਦੇਖਦਾ ਹੈ ਜਿਨ ਮੈਨੂੰ ਘੱਲਿਆ ਹੈ। ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨੀਚਾ ਕਰਦਾ ਹੈ ਸੋ ਹਨੇਰੇ ਵਿੱਚ ਨਾ ਰਹੇ, ਔਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ। ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ ਉਹਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਵਚਨ ਮੈਂ ਕਿਹਾ ਉਹੀ ਅੰਤ ਦੇ ਦਿਨ ਉਸਨੂੰ ਦੋਸ਼ੀ ਠਹਿਰਾਵੇਗਾ, ਕਿਉਂਕਿ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ
ਪਰ ਮੈਂ ਕੀ ਵਚਨ ਕਰਾਂ ਅਤੇ ਕੀ ਬੋਲਾਂ ਔਰ ਮੈਂ ਜਾਣਦਾ ਹਾਂ ਕਿ ਉਹਦਾ ਵਚਨ ਸਦੀਪਕ ਜੀਵਨ ਹੈ ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਹੀ ਬੋਲਦਾ ਹਾਂ ਪ੍ਰਭੂ ਜੀ ਇਸ ਵਚਨ 'ਤੇ ਪੜ੍ਹੇ ਜਾਣ 'ਤੇ ਬਰਕਤ ਦੇਣ ਅਤੇ ਸਾਡੀ ਸਮਝ ਖੋਲ੍ਹਣ ਜਦੋਂ ਅਸੀਂ ਗਾਹਾਂ ਦੇ ਵਚਨ ਵੀ ਦੇਖਦੇ ਹਾਂ ਅਤੇ ਅੱਜ ਉਹ ਆਪਾਂ ਪ੍ਰਾਰਥਨਾ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਵਚਨ ਦੇਖਦੇ ਹਾਂ ਸੱਚੇ ਪਿਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਅਸੀਂ ਤੁਹਾਨੂੰ ਵੈਲਕਮ ਫੇਰ ਕਰਦੇ ਹਾਂ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਦਾ ਯਿਸੂ ਮਸੀਹ ਜੀ ਦਾ ਅਤੇ ਪਵਿੱਤਰ ਆਤਮਾ ਦਾ ਸਵਰਗ ਦੂਤਾਂ ਦਾ ਜੋ ਇਸ ਵੇਲੇ ਅਤੇ ਹਰ ਟਾਈਮ ਸਾਡੇ ਨਾਲ ਵਾ ਜਦੋਂ ਅਸੀਂ ਉਹਨਾਂ ਨੂੰ ਪੁਕਾਰਦੇ ਹਾਂ ਅਤੇ ਉਹ ਸਾਨੂੰ ਇਕੱਲੇ ਨਹੀਂ ਛੱਡਦੇ ਅਤੇ ਅਸੀਂ ਇਸ ਵੇਲੇ ਫਿਰ ਪੁਕਾਰਦੇ ਹਾਂ ਕਿ ਤੁਸੀਂ ਆਓ ਅਤੇ ਸਾਡੀ ਮਦਦ ਕਰੋ ਕਿ ਜੋ ਵੀ ਅੱਜ ਅਸੀਂ ਵਚਨ ਸੁਣੀਏ ਪੜ੍ਹੀਏ ਬੋਲੀਏ ਸਭ ਕੁਛ ਤੁਹਾਡੇ ਵੱਲੋਂ ਹੋਵੇ ਔਰ ਤੁਹਾਡੇ ਨਾਂ ਨੂੰ ਜਲਾਲ ਆਵੇ ਔਰ ਸਾਡੀ ਸਮਝ ਦੇ ਕੰਨ ਖੋਲ੍ਹਣੇ ਸਾਡੀ ਆਤਮਾ ਨੂੰ ਸਮਝ ਦੇਣੀ ਕਿ ਅਸੀਂ ਤੁਹਾਡੇ ਵਚਨਾਂ ਨੂੰ ਸਮਝ ਸਕੀਏ ਅਤੇ ਸੱਚਮੁੱਚ ਪ੍ਰਭੂ ਜੀ ਇਹ ਵਚਨ ਜਿਹੜੇ ਆ ਸਾਡੀ ਇਨਸਾਨ ਦੀ ਸਮਝ ਤੋਂ ਬਾਹਰ ਆ ਪਰ ਧੰਨਵਾਦ ਕਰਦੇ ਤੁਸੀਂ ਸਾਡੇ ਲਈ ਇੱਕ ਸਹਾਇਕ ਭੇਜਿਆ ਪਵਿੱਤਰ ਆਤਮਾ ਜੀ ਜੋ ਸਾਡੇ ਅੰਦਰ ਵੱਸਦਾ ਆ ਅਤੇ ਸਾਨੂੰ ਸਮਝਣ ਦੀ ਸ਼ਕਤੀ ਦਿੰਦਾ ਆ ਅਸੀਂ ਇਸ ਵੇਲੇ ਉਹ ਹੀ ਸ਼ਕਤੀ ਮੰਗਦੇ ਹਾਂ ਕਿ ਸਾਨੂੰ ਆਪਣੇ ਵਚਨ ਸਮਝਣ ਦੀ ਸ਼ਕਤੀ ਦਿਓ ਔਰ ਜਦੋਂ ਪ੍ਰਭੂ ਜੀ ਤੁਹਾਡੇ ਦਾਸ ਇਹ ਵਚਨ ਬੋਲਦੇ ਆ ਉਹਨਾਂ ਨੂੰ ਵੀ ਸਮਝ ਦੇਣੀ ਕਿ ਆਪ ਬੋਲਣ ਵਾਲੇ ਨਹੀਂ ਪਰ ਤੁਹਾਡੇ ਵੱਲੋਂ ਜੋ ਗਾਈਡ ਕੀਤਾ ਜਾਵੇ ਉਹ ਹੀ ਵਚਨ ਉਹਨਾਂ ਦੇ ਮੂੰਹ 'ਚੋਂ ਬਾਹਰ ਨਿਕਲ ਸਕੇ ਤਾਂ ਕਿ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਅੱਜ ਔਰ ਬਾਅਦ ਵਿੱਚ ਇਸ ਵਚਨ ਨੂੰ ਸੁਣ ਸਾਰਿਆਂ ਨੂੰ ਸੱਚਾਈ ਦਾ ਪਤਾ ਲੱਗ ਸਕੇ ਕਿਉਂਕਿ ਜਦੋਂ ਅਸੀਂ ਸੱਚਾਈ ਨੂੰ ਜਾਣਦੇ ਹਾਂ ਤਾਂ ਫਿਰ ਅਸੀਂ ਆਜ਼ਾਦ ਕੀਤੇ ਜਾਂਦੇ ਹਾਂ ਸੋ ਪ੍ਰਭੂ ਜੀ ਆਓ ਤੁਸੀਂ ਸਾਡੀ ਸਾਰਿਆਂ ਦੀ ਮਦਦ ਅਤੇ ਸਹਾਇਤਾ ਕਰੋ ਯਿਸੂ ਮਸੀਹ ਜੀ ਦੇ ਮਿੱਠੇ ਅਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਅਤੇ ਪਾਉਂਦੇ ਹਾਂ ਆਮੇਨ 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 ਪ੍ਰੇਜ਼ ਦ ਲਾਰਡ ਹਾਂਜੀ ਆਮੇਨ ਹਾਲੇਲੂਯਾ ਪ੍ਰੇਜ਼ ਦ ਲਾਰਡ ਬਹੁਤ ਖੁਸ਼ੀ ਆ ਆਪਾਂ ਇੱਕ ਵਾਰੀ ਫੇਰ ਪ੍ਰਭੂ ਦੇ ਬਚਨ ਵੱਲ ਦੇਖ ਰਹੇ ਹਾਂ ਅਤੇ ਇਹਦੇ ਵਿੱਚੋਂ ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ ਵੀ ਜਿਹੜਾ ਨਰਕ ਆ ਹੈਲ ਆ ਉਹਦੇ ਬਾਰੇ ਆਪਾਂ ਦੇਖ ਰਹੇ ਹਾਂ ਇਹ ਆਪਾਂ ਕਹਿ ਸਕਦੇ ਹਾਂ ਇੱਕ ਅਨਕੰਫਰਟੇਬਲ ਅਸੀਂ ਫੀਲ ਕਰਦੇ ਹਾਂ ਜਦੋਂ ਇਹਦੇ ਬਾਰੇ ਗੱਲ ਕਰਦੇ ਹਾਂ ਅਸੀਂ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ ਅਤੇ ਅਸੀਂ ਕਦੇ ਨਾ ਮੌਤ ਬਾਰੇ ਨਾ ਅਸੀਂ ਕਿੱਥੇ ਜਾਣਾ ਹੈ ਉਹਦੇ ਬਾਰੇ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਪਰ ਇੱਕ ਚੀਜ਼ ਸ਼ੋਰ ਆ ਜਿੰਨੇ ਵੀ ਇਸ ਧਰਤੀ 'ਤੇ ਆਏ ਆ ਉਹਨਾਂ ਦੀ ਮੌਤ ਹੋਣੀ ਹੋਣੀ ਆ ਅਤੇ ਉਹਨੇ ਕਿੱਥੇ ਜਾਣਾ ਹੀ ਜਾਣਾ ਆ ਫਿਰ ਅਸੀਂ ਗੱਲ ਕਰਨ ਤੋਂ ਕਾਹਤੇ ਡਰਦੇ ਹਾਂ ਇੱਥੇ ਧਰਤੀ ਉੱਤੇ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਗਾ ਜੇ ਸਾਡੇ ਕੋਲ 70-80 ਸਾਲ ਵੀ ਹੈਗੇ ਆ ਤਾਂ ਉਹ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਜਦੋਂ ਆਪਾਂ ਪਿਛੇ ਨੂੰ ਮੁੜ ਕੇ ਦੇਖਦੇ ਹਾਂ ਇੱਦਾਂ ਲੱਗਦੇ ਆ ਉਹ ਆਏ ਸੀ ਤਾਂ ਚੱਲ ਗਏ ਅਤੇ ਬਹੁਤ ਛੇਤੀ ਟਾਈਮ ਲੰਘ ਜਾਂਦਾ ਆ ਜਿੰਨੇ ਜਾਣੇ ਇਸ ਵੇਲੇ ਸੁਣ ਰਹੇ ਆ ਜਿਹੜੇ ਹੋ ਸਕਦਾ ਮੇਰੇ ਅੰਗ ਸਿਆਣੇ ਆ ਅਤੇ ਉਹ ਜਦੋਂ ਪਿਛੇ ਨੂੰ ਮੁੜ ਕੇ ਦੇਖਦੇ ਆ ਉਹ ਇੱਦਾਂ ਲੱਗਦੇ ਆ ਹਾਲੇ ਕੱਲ੍ਹ ਉਹ ਸਕੂਲੇ ਜਾਂਦੇ ਸੀ ਪਰ ਹੁਣ ਸਾਰਾ ਟਾਈਮ ਚੱਲ ਵੀ ਗਿਆ ਬਈ ਥੋੜ੍ਹੀ ਜਿਹਾ ਟਾਈਮ ਹੀ ਰਹਿ ਗਿਆ ਫਿਰ ਕਿੰਨਾ ਇੰਪੋਰਟੈਂਟ ਕਿੰਨਾ ਖਾਸ ਆ ਅਸੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਬਾਰੇ ਦੇਖੀਏ ਅਸੀਂ ਕਿੱਥੇ ਜਾਣਾ ਆ ਅਤੇ ਸਾਨੂੰ ਕੀ ਤਿਆਰੀ ਕਰਨੀ ਚਾਹੀਦੀ ਆ ਦੁਨੀਆਂ ਦੇ ਵਿੱਚ ਆਪਾਂ ਬਹੁਤ ਤਿਆਰੀਆਂ ਕਰਦੇ ਹਾਂ ਜੇ ਆਪਣੇ ਸ਼ਾਦੀ ਹੋਣੀ ਆ ਕਿੰਨਾ ਚਿਰ ਆਪਾਂ ਪਹਿਲਾਂ ਤਿਆਰੀ ਕਰਦੇ ਰਹਿੰਦੇ ਹਾਂ ਕਈ ਵਾਰੀ ਸਾਲ ਸਾਲ ਤਿਆਰੀ ਕਰਦੀਆਂ ਰਹਿੰਦੀਆਂ ਲੇਡੀਜ਼ ਅਤੇ ਕਈ ਵਾਰੀ ਕਰਨਾ ਵੀ ਪੈਂਦਾ ਆ ਅੱਜ ਕੱਲ੍ਹ ਹੋਲ ਬੁੱਕ ਕਰਨਾ ਆਹ ਕਰਨਾ ਆਹ ਕਰਨਾ ਜੇ ਲਾਗੇ ਆ ਕੇ ਦੇਖੋ ਫਿਰ ਉਹ ਕਈ ਵਾਰੀ ਉਹ ਚੀਜ਼ ਮਿਲਦੀ ਨਹੀਂ ਜਿਹੜੀ ਸਾਨੂੰ ਚਾਹੀਦੀ ਹੁੰਦੀ ਜਿਹਦਾ ਹੋਲ ਚਾਹੀਦਾ ਉਹ ਮਿਲਦਾ ਨਹੀਂ ਹੈਗਾ ਸੋ ਸਾਨੂੰ ਪਹਿਲਾਂ ਸੋਚ ਕੇ ਉਹ ਤਿਆਰੀ ਕਰਨੀ ਪੈਂਦੀ ਆ ਫਿਰ ਕਈ ਵਾਰੀ ਜਦੋਂ ਸਾਡੇ ਬੱਚਾ ਆਉਣ ਵਾਲਾ ਹੁੰਦਾ ਆ ਅਸੀਂ ਫਿਰ ਤਿਆਰੀ ਕਰਦੇ ਹਾਂ ਕਮਰਾ ਡੈਕੋਰੇਸ਼ਨਸ ਕੀ ਚਾਹੀਦਾ ਆ ਉਹ ਸਾਰੀਆਂ ਦੀ ਤਿਆਰੀ ਕਰਦੇ ਹਾਂ ਫਿਰ ਅਸੀਂ ਇੱਦਾਂ ਵੀ ਸੋਚਦੇ ਹਾਂ ਵੀ ਦੇਖਭਾਲ ਕਿੱਦਾਂ ਕਰਨੀ ਆ ਕੰਮ ਤੋਂ ਛੁੱਟੀ ਲਊਂਗੇ ਜਾਂ ਅਸੀਂ ਹੋਰ ਕਿਸੇ ਨੂੰ ਕਵਾਂਗੇ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਨੂੰ ਸਭ ਕੁਝ ਦੇਖਣੀ ਪੈਣੀ ਆ ਦੂਸਰਾ ਫਿਰ ਅਸੀਂ ਜੇ ਅਸੀਂ ਹਾਲੇ ਪਹਿਲਾਂ ਸਾਡਾ ਬੱਚਾ ਅਸੀਂ ਸਿੱਖਦੇ ਹਾਂ
ਵੀ ਜਦੋਂ ਬੇਬੀ ਆ ਗਿਆ ਅਸੀਂ ਉਹਦੀ ਕਿੱਦਾਂ ਦੇਖਭਾਲ ਕਰਨੀ ਆ, ਅਤੇ ਉਹਦੇ ਬਾਰੇ ਪੜ੍ਹਦੇ ਹਾਂ ਅਸੀਂ ਚੰਗੀ ਚੰਗੀ। ਅਸੀਂ ਚਾਹੁੰਦੇ ਜਦੋਂ ਉਹ ਵਧੇ, ਬੱਚਾ ਵਧੇ, ਉਹ ਚੰਗਾ ਹੋਵੇ, ਅਤੇ ਅਸੀਂ ਉਹਨੂੰ ਕਿੱਦਾਂ ਕਿੱਦਾਂ ਕੀ ਐਜੂਕੇਸ਼ਨ ਦੇਣਾ, ਕਿੱਥੇ ਕਿੱਥੇ ਕਰਨਾ, ਬਹੁਤ ਤਿਆਰੀਆਂ ਕਰਦੇ ਹਾਂ। ਅਤੇ ਪਰ ਇਹ ਆਪਾਂ ਨੂੰ ਕੋਈ ਗਰੰਟੀ ਨਹੀਂ ਹੁੰਦੀ ਹੈਗੀ ਸਾਡੀ ਸ਼ਾਦੀ ਹੋਣੀ ਕਿ ਨਹੀਂ, ਇਹ ਸਾਨੂੰ ਕੋਈ ਗਰੰਟੀ ਨਹੀਂ ਹੈਗੀ ਸਾਡੇ ਬੱਚੇ ਹੋਣੇ ਕਿ ਨਹੀਂ। ਪਰ ਇਸ ਚੀਜ਼ ਦੀ ਸਾਡੇ ਕੋਲ ਗਰੰਟੀ ਹੈਗੀ ਆ ਵੀ ਜਿੰਨਿਆਂ ਨੇ ਵੀ ਜਨਮ ਲਿਆ ਉਹਨੇ ਮਰਨਾ ਹੀ ਮਰਨਾ ਆ, ਫਿਰ ਉਹਦੀ ਕਾਹਤੇ ਨਹੀਂ ਤਿਆਰੀ ਕਰਨੀ ਚਾਹੀਦੀ, ਉਹਦੇ ਬਾਰੇ ਸਾਨੂੰ ਕਾਹਤੇ ਨਹੀਂ ਖੋਜ ਕਰਨੀ ਚਾਹੀਦੀ, ਦੇਖਣਾ ਚਾਹੀਦਾ ਵੀ ਅਸੀਂ ਕਿੱਥੇ ਜਾਣਾ ਆ। ਅਸੀਂ ਲਾਪਰਵਾਹ ਨਹੀਂ ਹੈਗੇ ਅਤੇ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ ਆ। ਸੋ ਆਪਾਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ, ਮੈਂ ਜਿੱਦਾਂ ਪਿਛਲੇ ਹਫ਼ਤੇ ਦੱਸਿਆ ਸੀ, ਯੇਸੂ ਮਸੀਹ ਨੇ ਹੋਰ ਕੋਈ ਸਬਜੈਕਟ 'ਤੇ ਇੰਨਾ ਟਾਈਮ ਨਹੀਂ ਲਾਇਆ ਜਿੰਨਾ ਉਹਨੇ ਨਰਕਾਂ ਦੇ ਬਾਰੇ ਦੱਸਿਆ। ਕਾਹਤੇ ਕਰਕੇ ਉਹ ਚਾਹੁੰਦਾ ਨਹੀਂ ਸੀ ਅਸੀਂ ਨਰਕਾਂ ਨੂੰ ਜਾਈਏ, ਪਰਮੇਸ਼ੁਰ ਵੀ ਨਹੀਂ ਚਾਹੁੰਦਾ। ਅੱਜ ਤੋਂ ਆਪਾਂ ਸਟੱਡੀ ਕਰਕੇ ਦੇਖਣਾ, ਆਪਾਂ ਦੇਖਣਾ ਆ ਪਰਮੇਸ਼ੁਰ ਨਹੀਂ ਚਾਹੁੰਦਾ ਕੋਈ ਨਰਕਾਂ ਨੂੰ ਜਾਵੇ, ਉਹਨੇ ਆਪਣੇ ਸਾਰਿਆਂ ਵਾਸਤੇ ਰਾਹ ਬਣਾਇਆ ਅਸੀਂ ਬਚ ਸਕਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਕਈ ਵਾਰੀ ਆਪ ਬਚਣ ਦੀ, ਆਪ ਰਸਤਾ ਬਣਾਉਣ ਦੀ, ਪਰ ਉਹ ਸ਼ੋਰਟ ਰਹਿ ਜਾਂਦਾ, ਉਹ ਪਹੁੰਚਦਾ ਨਹੀਂ ਉਹਦੇ 'ਤੇ। ਜਿਹੜਾ ਪਰਮੇਸ਼ੁਰ ਨੇ ਆਪ ਬਣਾਇਆ ਆ ਉਹ ਹੀ ਉਹਦੇ 'ਤੇ ਪਹੁੰਚਦਾ, ਉਹ ਇੱਕੋ ਹੀ ਰਸਤਾ ਆ। ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਖੀਰ ਵਿੱਚ ਜਾ ਕੇ। ਪਹਿਲਾਂ ਆਪਾਂ ਦੇਖਦੇ ਹਾਂ ਬਾਈਬਲ ਦੇ ਵਿੱਚੋਂ ਸ਼ੋਰ ਕਰਦੇ ਹਾਂ, ਪਿਛਲੇ ਹਫ਼ਤੇ ਵੀ ਆਪਾਂ ਬਹੁਤ ਆਇਤਾਂ ਦੇਖੀਆਂ ਸੀ, ਹੁਣ ਵੀ ਬਹੁਤ ਦੇਖੀਆਂ, ਅਤੇ ਆਪਾਂ 6 ਮਹੀਨੇ ਵੀ ਇੱਥੇ ਲਾ ਸਕਦੇ ਹਾਂ ਜੇ ਆਪਾਂ ਚਾਹੀਏ। ਕਰਕੇ ਇੱਥੇ ਇੰਨਾ ਮਟੀਰੀਅਲ, ਇੰਨੀਆਂ ਚੀਜ਼ਾਂ ਬਾਈਬਲ ਦੇ ਵਿੱਚ ਨਰਕਾਂ ਦੇ ਬਾਰੇ ਲਿਖੀਆਂ ਆ, ਹੈਲ ਦੇ ਬਾਰੇ ਲਿਖੀਆਂ ਆ। ਕਈ ਕਹਿੰਦੇ ਹੈਲ ਹੈ ਹੀ ਨਹੀਂ ਜੀ। ਆਪਾਂ ਪਿਛਲੇ ਹਫ਼ਤੇ ਕਹਾਣੀ ਦੇਖੀ ਸੀ, ਅਮੀਰ ਆਦਮੀ ਤਾਂ ਲੈਜ਼ਰਸ ਜਿਹੜਾ ਗਰੀਬ ਸੀਗਾ, ਅਤੇ ਯੇਸੂ ਮਸੀਹ ਆਪਣੇ ਮੂੰਹੋਂ ਉਹ ਕਹਾਣੀ ਦੱਸ ਰਿਹਾ ਆ ਵੀ ਜਿਹੜਾ ਲੈਜ਼ਰਸ ਸੀਗਾ ਉਸ ਪੈਰਾਡਾਈਜ਼ ਸਵਰਗਾਂ ਵਿੱਚ ਗਿਆ ਇਬਰਾਹਿਮ ਦੀ ਗੋਦ ਦੇ ਵਿੱਚ, ਜਿਹੜਾ ਅਮੀਰ ਆਦਮੀ ਸੀ ਉਹ ਨਰਕਾਂ ਦੇ ਵਿੱਚ ਗਿਆ ਅਤੇ ਉੱਥੇ ਅੱਗ ਦੇ ਵਿੱਚ ਲੂਸ ਰਿਹਾ ਆ, ਦੁਹਾਈ ਦੇ ਰਿਹਾ ਆ, ਪਰ ਕੋਈ ਉਹਨੂੰ ਬਚਾ ਨਹੀਂ ਸਕਦਾ। ਸੋ ਆਪਾਂ ਬਾਈਬਲ ਦੀਆਂ ਆਇਤਾਂ 'ਤੇ ਕਰਕੇ, ਬਾਈਬਲ 'ਤੇ ਆਪਾਂ ਭਰੋਸਾ ਰੱਖਦੇ ਹਾਂ, ਬਾਈਬਲ ਦੇ ਵਿੱਚੋਂ ਆਪਾਂ ਦੇਖਦੇ ਬਾਈਬਲ ਸਾਨੂੰ ਕੀ ਦੱਸਦੀ ਆ। ਸੋ ਆਪ ਬਾਈਬਲ ਦੇ ਵਿੱਚ ਦੇਖਣਾ, ਲੋਕਾਂ ਦੇ ਧੋਖੇ ਵਿੱਚ ਨਹੀਂ ਆਉਣਾ ਹੈਗਾ। ਕਰਕੇ ਉੱਧਰ ਨੂੰ ਜਦੋਂ ਅਸੀਂ ਜਾਂ ਚੱਲ ਗਏ ਉਦੋਂ ਝੱਲਣਾ ਨਹੀਂ ਹੈਗਾ ਜੀ, ਹੁਣ ਮੈਂ ਤਾਂ ਯਕੀਨ ਨਹੀਂ ਰੱਖਦਾ ਸੀਗਾ ਹੈਲ ਹੈਗਾ ਨਰਕ ਹੈਗੇ ਆ। ਯਕੀਨ ਰੱਖੋ ਜਾਂ ਰੱਖੋ, ਆਪਾਂ 2 ਕਹਾਣੀਆਂ ਵੀ ਦੇਖੀਆਂ ਸੀਗੀਆਂ ਜਿਹੜੇ ਯਕੀਨ ਨਹੀਂ ਰੱਖਦੇ ਸੀਗੇ ਵੀ ਉਹ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਉਹਨਾਂ ਵਾਸਤੇ ਹੋ ਗਈਆਂ। ਸੋ ਬਹੁਤ ਖਾਸ ਆ, ਬਹੁਤ ਜ਼ਰੂਰੀ ਆ ਇਹ ਸਬਜੈਕਟ। ਇਸ ਕਰਕੇ ਤੁਹਾਨੂੰ ਦੂਸਰਿਆਂ ਨੂੰ ਵੀ ਲਿੰਕ ਭੇਜਣਾ ਚਾਹੀਦਾ, ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ, ਦੇਖੋ ਜੀ ਆ 2 ਬਹੁਤ ਵਧੀਆ ਬਾਈਬਲ ਸਟੱਡੀਆਂ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਹੈਗੀਆਂ ਆ, ਤੁਸੀਂ ਉਹਨਾਂ ਨੂੰ ਸੁਣ ਕੇ ਦੇਖੋ। ਅਤੇ ਤੁਸੀਂ ਇਹ ਲਿੰਕ ਜ਼ਰੂਰ ਭੇਜ ਦੇਣਾ ਅਤੇ ਹੋਰ ਵੀ ਸਾਡੇ ਭੈਣ ਭਰਾ ਬਚ ਸਕਣ। ਯੇਸੂ ਮਸੀਹ ਨਹੀਂ ਚਾਹੁੰਦਾ ਸੀ ਉਹ ਨਰਕਾਂ ਨੂੰ ਕੋਈ ਜਾਵੇ, ਪਰਮੇਸ਼ੁਰ ਨਹੀਂ ਚਾਹੁੰਦਾ ਕੋਈ ਨਰਕਾਂ ਨੂੰ ਜਾਵੇ, ਅਤੇ ਅਸੀਂ ਵੀ ਨਹੀਂ ਚਾਹੁੰਦੇ ਹੈਗੇ। ਅਸੀਂ ਵੀ ਇੱਦਾਂ ਹੀ ਚਾਹੁੰਦੇ ਸਾਰੇ ਬੱਚਾ ਅਤੇ ਪਰਮੇਸ਼ੁਰ ਦੇ ਨਾਲ ਆਪਣਾ ਰਿਸ਼ਤਾ ਬਣਾ ਲੈਣ। ਸੋ ਇੱਥੇ ਆਪਾਂ ਦੇਖਦੇ ਮਥੀ ਦੀ ਕਿਤਾਬ ਦੇ ਵਿੱਚੋਂ 16 ਚੈਪਟਰ ਦੀ 18ਵੀਂ ਆਇਤ ਦੇ ਵਿੱਚ ਯੇਸੂ ਮਸੀਹ ਬੋਲ ਰਹੇ ਆ, ਅਤੇ ਉਹ ਸਾਨੂੰ ਯੇਸੂ ਮਸੀਹ ਉਹ ਦੱਸ ਰਹੇ ਆ, ਪਤਰਸ ਨਾਲ ਗੱਲ ਕਰ ਰਹੇ ਆ, ਅਤੇ ਇੱਥੇ ਇੱਕ ਅਜੀਬ ਚੀਜ਼ ਕਹਿੰਦੇ ਆ ਜਿਹੜੀ ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਮੈਥਿਊ ਚੈਪਟਰ 16 ਵਰਸ 18। ਹਾਂਜੀ, ਮਤੀ ਉਹਦਾ ਚੈਪਟਰ 16 ਅਤੇ ਵਰਸ 18। ਅਤੇ ਮੈਂ ਵੀ ਤੁਹਾਨੂੰ ਆਖਦਾ ਹਾਂ ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਨੀ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੂਗਾ। ਆਮੇਨ। ਕੀ ਕਹਿੰਦਾ? ਮੈਂ ਆਪਣੀ ਕਲੀਸਿਆ ਇਸ ਪੱਥਰ ਉੱਤੇ ਬਣਾਉਂਗਾ। ਕਿਹੜੇ ਪੱਥਰ ਉੱਤੇ? ਕਰਕੇ ਉਹ ਪਹਿਲਾਂ ਕਹਿ ਕੇ ਹਟਿਆ, ਪਤਰਸ ਕਹਿ ਕੇ ਹਟਿਆ, ਤੂੰ ਰੱਬ ਦਾ ਪੁੱਤਰ ਹੈ।
ਜਿਉਂਦੇ ਰੱਬ ਦਾ ਤੂੰ ਪੁੱਤਰ ਆ। ਉਹ ਕਹਿੰਦਾ ਮੈਂ ਇੱਥੇ ਕਲੀਸੀਆ ਬਣਾਊਂਗਾ ਜਿਹਦੇ ਨਰਕ ਦੇ ਫਾਟਕ ਵੀ ਉਹਦੇ ਗੇਟਸ ਵੀ ਕੁਛ ਵੀ ਕਰ ਨਹੀਂ ਸਕਦੇ, ਕਿਸੇ ਤਰ੍ਹਾਂ ਵੀ ਹਟਾ ਨਹੀਂ ਸਕਦੇ ਹੈਗੇ। ਸੋ ਇੱਥੇ ਦੇਖਦੇ ਹਾਂ ਨਰਕਾਂ ਦੇ ਗੇਟਸ ਵੀ ਹੈਗੇ ਆ ਅਤੇ ਉਹ ਕਲੀਸੀਆ ਦੇ ਖਿਲਾਫ ਲੜ ਰਹੇ ਆ ਇਸ ਵੇਲੇ। ਜਿਹੜੇ ਨਰਕ ਆ ਉਹ ਕਲੀਸੀਆ ਦੇ ਖਿਲਾਫ ਲੜ ਰਹੇ ਆ, ਪਰ ਉਹ ਫੇਰ ਵੀ ਫਤਿਹ ਨਹੀਂ ਪਾ ਸਕਦੇ ਹੈਗੇ। ਯੇਸੂ ਮਸੀਹ ਕਹਿ ਗਿਆ ਸੀ ਅਤੇ ਇਸ ਕਰਕੇ ਫਤਿਹ ਪੈ ਨਹੀਂ ਸਕਦੀ। ਜੋ ਮਰਜ਼ੀ ਨਰਕਾਂ ਦੀਆਂ ਚੀਜ਼ਾਂ ਕਰੀ ਜਾਣ, ਜੋ ਮਰਜ਼ੀ ਇਸ਼ਤਾਨ ਕਰੀ ਜਾਵੇ, ਉਹ ਫਤਿਹ ਨਹੀਂ ਪਾ ਸਕਦਾ ਹੈਗਾ। ਪੁਰਾਣੇ ਟੈਸਟਮੈਂਟ ਦੇ ਵਿੱਚ ਵੀ ਉਹਦਾ ਸਾਮਸ ਜ਼ਬੂਰ ਉਹਦਾ 9ਵਾਂ ਚੈਪਟਰ ਅਤੇ ਉਹਦੀ 17 ਆਇਤ ਦੇ ਵਿੱਚ ਵੀ ਸਾਨੂੰ ਦੱਸਦਾ ਨਰਕਾਂ ਦੇ ਬਾਰੇ। ਹਾਂਜੀ, ਸਾਮ ਚੈਪਟਰ 9 ਵਰਸ 17 ਜ਼ਬੂਰਾਂ ਦੀ ਪੋਥੀ ਉਹਦਾ 9ਵਾਂ ਚੈਪਟਰ ਅਤੇ 17ਵੀਂ ਆਇਤ, ਦੁਸ਼ਟ ਪਤਾਲ ਵਿੱਚ ਮੁੜ ਜਾਣਗੇ ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ਰ ਨੂੰ ਵਿਸਾਰ ਦਿੰਦੀਆਂ ਹਨ, ਜਾਣੀ ਕਿ ਛੱਡ ਦਿੰਦੀਆਂ ਹਨ। The wicked shall be turned into hell. The wicked, wicked. ਜਿਹੜਾ ਅੰਗਰੇਜ਼ੀ ਦਾ ਅੱਖਰ wicked ਆ ਉਹ ਵਿਕ ਤੋਂ ਆਉਂਦਾ, ਫੀਤੇ ਤੋਂ ਆਉਂਦਾ। ਜਦੋਂ ਆਪਾਂ ਦੀਵੇ ਦੇ ਵਿੱਚ ਇੱਕ ਫੀਤਾ ਰੱਖਿਆ ਹੁੰਦਾ ਉਹਨੂੰ ਫਿਰ ਟਵਿਸਟ ਕਰਦੇ ਆ ਵੀ ਉਹ ਜ਼ਿਆਦਾ ਚਿਰ ਬਾਲਦਾ ਰਹੇ। ਉਹ ਇੱਥੇ ਉਹ ਹੀ ਅੱਖਰ ਵਰਤੇ ਆ ਜਿਨ੍ਹਾਂ ਦੀ ਟਵਿਸਟਡ ਟੀਚਿੰਗ ਸੀਗੀ, ਉਹ ਟਵਿਸਟਡ ਵੇਜ਼ ਵਿੱਚ ਲੱਗੇ ਹੋਏ ਸੀ, ਸਿੱਧੇ ਪਰਮੇਸ਼ਰ ਦੇ ਰਸਤੇ ਵਿੱਚ ਹੀ ਲੱਗੇ ਸੀ, ਉਹ ਵੀ ਨਰਕਾਂ ਦੇ ਵਿੱਚ ਚਲ ਗਿਆ। ਸੱਚੀ ਇੱਥੇ ਇਸ ਵੇਲੇ ਹੋ ਸਕਦਾ ਤੁਸੀਂ ਸਮਝਦੇ ਹੋ ਵੀ ਤੁਸੀਂ ਠੀਕ ਆ, ਪਰ ਫਿਰ ਮੁੜ ਕੇ ਚੈੱਕ ਕਰਨ ਦੀ ਜ਼ਰੂਰਤ ਆ। ਯੇਸੂ ਮਸੀਹ ਮਾਰਕਸ ਦੀ ਕਿਤਾਬ ਦੇ ਉਹਦੇ 9ਵਾਂ ਚੈਪਟਰ ਅਤੇ ਉਹਦੀ ਵਰਸ 43 ਦੇ ਵਿੱਚ ਦੱਸਦਾ ਹੈ, ਮਾਰਕ ਚੈਪਟਰ 9 ਵਰਸ 43, ਮਾਰਕ 9:43। ਉਹ ਇੰਨਾ ਨਰਕ ਇੰਨੇ ਭੈੜੇ ਆ, ਉਹ ਕਹਿੰਦਾ ਇੱਥੇ ਹੋ ਸਕਦਾ ਤੁਹਾਨੂੰ ਕੋਈ ਖਰਚ ਦੇਣਾ ਪਵੇ, ਇੱਥੇ ਕੋਈ ਕੀਮਤ ਹੋਵੇ, ਅਤੇ ਉਹ ਕੀਮਤ ਪੇ ਕਰ ਦੇਣੀ, ਪਰ ਨਰਕਾਂ ਵਿੱਚ ਇਹਦੇ ਵਿੱਚ ਨਹੀਂ ਜਾਣਾ ਹੈਗਾ। ਉਹ ਆਪਾਂ ਦੇਖਦੇ ਹਾਂ। ਹਾਂਜੀ ਹਾਂਜੀ, 49:47 ਮਾਰਕਸ ਦੇ ਵਿੱਚ ਲਿਖਿਆ, ਔਰ ਜੇ ਤੇਰਾ ਹੱਥ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ, ਟੁੰਡਾ ਹੋ ਕੇ ਜਿਉਣ ਵਿੱਚ ਬਣਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇ ਜਿਹੜੀ ਬੁਝਣ ਵਾਲੀ ਨਹੀਂ ਹੈ। ਨਰਕਾਂ ਦੀ ਅੱਗ ਕਦੇ ਬੁਝਦੀ ਨਹੀਂ, ਹਰ ਵੇਲੇ ਅਸੀਂ ਉੱਥੇ ਲੂਸਦੇ ਰਹਿੰਦੇ ਹਾਂ, ਮਰਦੇ ਨਹੀਂ। ਕਹਿੰਦਾ ਬੈਟਰ ਹੋਣਾ ਜੇ ਤੁਹਾਡੀ ਇੰਨੀ ਵੀ ਕੋਈ ਕੀਮਤੀ ਚੀਜ਼ ਹੋਵੇ ਤੁਹਾਡਾ ਹੱਥ ਵੀ ਚੱਲ ਜਾਵੇ, ਜਾ ਲੈਣ ਦਿਓ, ਕਰਕੇ ਬੈਟਰ ਹੋਣਾ ਤੁਸੀਂ ਨਰਕਾਂ ਤੋਂ ਬਚ ਜਾਓ, ਸਦਾ ਦੀ ਅੱਗ ਤੋਂ ਬਚ ਜਾਓ, ਸਦਾ ਦੀ ਪਨਿਸ਼ਮੈਂਟ ਤੋਂ ਬਚ ਜਾਓ, ਪਰ ਸਵਰਗਾਂ ਨੂੰ ਚੱਲ ਜਾਓ। ਇੱਥੇ ਹੋ ਸਕਦਾ ਇਸ ਵੇਲੇ ਤੁਹਾਨੂੰ ਕੋਈ ਕੀਮਤ ਦੇਣ ਦੀ ਜ਼ਰੂਰਤ ਆ, ਹੋ ਸਕਦਾ ਤੁਹਾਨੂੰ ਕੋਈ ਡਰਾਵਾ ਦਿੰਦਾ ਆ, ਪਰ ਫਿਰ ਵੀ ਸਾਨੂੰ ਉਹ ਚੁਣਨਾ ਚਾਹੀਦਾ ਆ ਜਿਹੜਾ ਸਾਡੇ ਵਾਸਤੇ ਸਦਾ ਵਾਸਤੇ ਚੰਗਾ ਆ। ਸੋ ਇੱਥੇ ਆਪਾਂ ਨੂੰ ਬਹੁਤ ਜ਼ਬਰਦਸਤ ਯੇਸੂ ਮਸੀਹ ਖਬਰ ਦੇ ਰਿਹਾ ਆ। ਮਾਰਕਸ ਦੀ ਕਿਤਾਬ ਉਹਦਾ 10ਵਾਂ ਚੈਪਟਰ ਉਹਦੀ 28ਵੀਂ ਆਇਤ ਦੇ ਵਿੱਚ ਇੱਦਾਂ ਕਹਿੰਦਾ ਆ, ਮੈਥਿਊ ਚੈਪਟਰ 10 ਸੋਰੀ ਸੈਕਿੰਡ ਪੀਟਰ, ਮੈਂ ਪਹਿਲਾਂ ਪੜ੍ਹਨਾ ਸੀ ਸੈਕਿੰਡ ਪੀਟਰ ਉਹਦਾ 2ਵਾਂ ਚੈਪਟਰ ਅਤੇ ਉਹਦੀ 4ਵੀਂ ਆਇਤ ਦੇ ਵਿੱਚ। ਹਾਂਜੀ, ਇਹ ਦੂਸਰਾ ਪਤਰਸ ਅਤੇ ਦੂਜਾ ਚੈਪਟਰ 4ਵੀਂ ਆਇਤ, ਸੈਕਿੰਡ ਪੀਟਰ ਚੈਪਟਰ 2 ਵਰਸ 4, ਕਿਉਂਕਿ ਜਦੋਂ ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧ ਕੁੱਪਾਂ ਵਿੱਚ ਪਾ ਦਿੱਤਾ ਵੀ ਨਿਆਂ ਦੇ ਲਈ ਕਾਬੂ ਰਹਿਣ। ਆਮੇਨ। ਪਤਰਸ ਇੱਥੇ ਵਾਰਨਿੰਗ ਦੇ ਰਿਹਾ ਆ, ਕਹਿੰਦਾ ਜੇ ਕਰਕੇ ਉਸ ਜ਼ਮਾਨੇ 'ਚ ਵੀ ਲੋਕ ਸੀਗੇ ਜਿਹੜੇ ਕਹਿੰਦੇ ਸੀ ਨਰਕ ਹੈ ਨਹੀਂ, ਜਿਹੜੇ ਕਹਿੰਦੇ ਪਰਮੇਸ਼ੁਰ ਬਹੁਤ ਚੰਗਾ, ਉਹਨੂੰ ਕਿਸੇ ਨੂੰ ਵੀ ਨਰਕਾਂ ਨੂੰ ਭੇਜਣਾ। ਪਰ ਪਤਰਸ ਇੱਥੇ ਵਾਰਨਿੰਗ ਦੇ ਰਿਹਾ, ਕਹਿੰਦਾ ਜਿਹੜੇ ਸਵਰਗਦੂਤ ਵੀ ਸੀਗੇ ਪਰਮੇਸ਼ੁਰ ਦੇ ਆਖੇ ਨਹੀਂ ਲੱਗੇ, ਪਰਮੇਸ਼ੁਰ ਤੋਂ ਦੂਰ ਹੋ ਗਏ, ਉਹਨਾਂ ਨੂੰ ਵੀ ਉਹਨੇ ਸੰਗਲਾਂ 'ਚ ਨਾ ਪਾ ਕੇ ਉਹਨਾਂ ਨੂੰ ਨਰਕਾਂ ਦੇ ਵਿੱਚ ਸੁੱਟ ਦਿੱਤਾ ਆ। ਭੈਣ ਅਤੇ ਭਰਾਵੋ, ਆਪਾਂ ਨੂੰ ਖਬਰਦਾਰ ਹੋਣ ਦੀ ਜ਼ਰੂਰਤ ਆ। ਜੇ ਤੁਹਾਨੂੰ ਕੋਈ ਰੌਂਗ ਦੱਸ ਰਿਹਾ ਸੀ, ਇਸ ਵੇਲੇ ਸਾਨੂੰ ਖਬਰਦਾਰ ਹੋਣ ਦੀ ਜ਼ਰੂਰਤ ਆ।
ਹੁਣ ਆਪਾਂ ਮਥੀ ਦੇ ਵਿੱਚੋਂ ਉਹਦਾ 10ਵਾਂ ਚੈਪਟਰ ਦੇ 38 ਆਇਤ ਦੇਖਾਂਗੇ। ਹਾਂਜੀ, ਮੈਥਿਊ ਚੈਪਟਰ 10 ਵਰਸ 28, ਮਤੀ ਉਹਦਾ 10ਵਾਂ ਚੈਪਟਰ ਅਤੇ 28ਵੀਂ ਆਇਤ। ਔਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕੇ ਸਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਔਰ ਰੂਹਾਂ ਦੋਹਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ। ਆਮੇਨ। ਅਸੀਂ ਕਈ ਵਾਰੀ ਇੱਥੇ ਦੁਨੀਆ ਤੋਂ ਡਰਦੇ ਹਾਂ, ਲੋਕ ਸਾਨੂੰ ਡਰਾਵੇ ਦਿੰਦੇ ਆ, ਅਸੀਂ ਆਹ ਕਰ ਦੇਵਾਂਗੇ, ਅਸੀਂ ਆਹ ਕਰ ਦੇਵਾਂਗੇ, ਪਰ ਯਿਸੂ ਮਸੀਹ ਕਹਿੰਦਾ ਉਹਨਾਂ ਤੋਂ ਡਰਿਓ, ਜਦ ਤੁਹਾਨੂੰ ਨਹੀਂ ਮਾਰ ਸਕਿਆ ਹੋਰ ਨਹੀਂ ਕੁਛ ਕਰ ਸਕਦੇ ਹੈਗੇ, ਪਰ ਇੱਕ ਹੈਗਾ ਆ ਜਿਹੜਾ ਉਦੋਂ ਬਾਅਦ ਵੀ ਕੁਛ ਕਰ ਸਕਦਾ ਹੈ। ਉਹ ਕੀ ਕਰ ਸਕਦਾ? ਤੁਹਾਨੂੰ ਸਦਾ ਦੀ ਬਲ ਦੀ ਅੱਗ ਦੇ ਵਿੱਚ ਸੁੱਟ ਸਕਦਾ ਹੈ। ਉੱਤੋਂ ਡਰਿਓ, ਉਹਦੇ ਆਖੇ ਲੱਗਿਓ, ਜਿਹੜਾ ਉਹਨੇ ਰਸਤਾ ਬਣਾਇਆ ਉਹ ਫੜ ਲਿਓ। ਇੱਥੇ ਦਾ ਜੀਵਨ ਛੇਤੀ ਚੱਲ ਜਾਣਾ ਆ ਅਤੇ ਆਪਾਂ ਨੂੰ ਖਿਆਲ ਰੱਖਣ ਦੀ ਜ਼ਰੂਰਤ ਆ। ਪ੍ਰਕਾਸ਼ ਦੀ ਪੋਥੀ ਉਹਦਾ 20ਵਾਂ ਚੈਪਟਰ ਦੀ 10ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਆ ਵੀ ਜਿਹੜਾ ਸ਼ੈਤਾਨ ਇਸ ਵੇਲੇ ਆਪਾਂ ਸਾਧਦੇ ਹਾਂ, ਜਿਹੜੇ ਉਹਦੇ ਸਵਰਗਦੂਤ ਆ, ਜਿਹੜੇ ਉਹਨੂੰ ਫੋਲੋ ਕਰਦੇ ਆ, ਉਹਨੇ ਵੀ ਉਸ ਅੱਗ ਦੇ ਵਿੱਚ ਚੱਲ ਜਾਣਾ ਆ। ਹਾਂਜੀ, ਰੈਵਲੇਸ਼ਨ, ਹਾਂਜੀ, ਰੈਵਲੇਸ਼ਨ ਚੈਪਟਰ 20 ਵਰਸ 10। ਹਾਂਜੀ, ਪ੍ਰਕਾਸ਼ ਦੀ ਪੋਥੀ ਚੈਪਟਰ 20 ਅਤੇ ਉਹਦੀ 10ਵੀਂ ਆਇਤ ਵਿੱਚ ਆਪਾਂ ਪੜ੍ਹਦੇ ਹਾਂ, ਅਤੇ ਸ਼ੈਤਾਨ ਜਿਹਨੇ ਉਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਭੋਗਦੇ ਹਨ। ਰਾਤ ਦਿਨ ਪਨਿਸ਼ਮੈਂਟ ਭੋਗਦੇ ਆ, ਉਹਦੀ ਕੋਈ ਐਂਡ ਹੈ ਨਹੀਂ ਗੀ। ਇਸ ਕਰਕੇ ਬਹੁਤ ਸੀਰੀਅਸ ਚੀਜ਼ ਆ, ਅਸੀਂ ਆਪਣੇ ਜੀਵਨ ਨੂੰ ਹੁਣੇ ਸੁਧਾਰ ਲਈਏ, ਅਸੀਂ ਆਪਣੇ ਜੀਵਨ ਨੂੰ ਪਰਮੇਸ਼ਰ ਨੂੰ ਦੇ ਜੋੜਾ ਉਹਨੇ ਰਸਤਾ ਬਣਾਇਆ ਉਹਨੂੰ ਕਰ ਲਈਏ, ਅਤੇ ਪਾਪ ਸਾਡੇ ਮਾਫ਼ ਹੋ ਕੇ ਸਾਡਾ ਰਸਤਾ ਓਨਾ ਠੀਕ ਹੋ ਜਾਵੇ। ਅਸੀਂ ਇੱਥੇ ਕੋਈ ਮਜ਼ਬ ਦੀ ਗੱਲ ਨਹੀਂ ਕਰ ਰਹੇ ਹੈਗੇ, ਮਜ਼ ਬਦਲ ਲਓ ਜੋ ਆਹ ਕਰ ਲਓ ਜੋ ਆਹ ਕਰ ਲਓ, ਪਰਮੇਸ਼ੁਰ ਵੀ ਨਹੀਂ ਕਰ ਰਿਹਾ ਹੈਗਾ। ਉਹ ਤੁਹਾਡੇ ਜਿਹੜੇ ਪਾਪ ਆ ਉਹਨਾਂ ਦੇ ਬਾਰੇ ਕੁਛ ਕਰਨ ਨੂੰ ਕਹਿੰਦਾ ਆ। ਜਿਹੜਾ ਪਰਮੇਸ਼ੁਰ ਦੇ ਨਾਲ ਰਸਤਾ ਟੁੱਟਿਆ ਆ ਉਹ ਬਣਾਉਣ ਦੀ ਗੱਲ ਕਰ ਰਿਹਾ ਆ। ਜਿਹੜੇ ਅਸੀਂ ਰਸਤੇ ਤੋਂ ਭੁੱਲ ਗਏ ਹਾਂ ਉਸ ਰਸਤੇ 'ਤੇ ਮੁੜ ਕੇ ਲਿਆਉਣਾ ਚਾਹੁੰਦਾ ਆ, ਇਹ ਸਾਨੂੰ ਖਬਰਦਾਰ ਕਰ ਰਿਹਾ ਆ। ਸੋ ਅੱਜ ਅਸੀਂ ਖਬਰਦਾਰ ਹੋਣਾ, ਪਿਛਲੇ ਟਾਈਮ ਦੇ ਵਿੱਚ ਪਰਮੇਸ਼ੁਰ ਨੇ ਜਿਹੜੀ ਅੱਗ ਬਲਦੀ ਸੀ ਜਿੱਥੇ ਨਰਕ ਆ, ਕਈਆਂ ਨੂੰ ਜੀਂਦਿਆਂ ਨੂੰ ਉੱਥੇ ਸੁੱਟ ਦਿੱਤਾ ਸੀ। ਵਾਹ ਸੱਚੀ, ਹਾਂਜੀ, ਕਾਹਤੇ ਪਰਮੇਸ਼ੁਰ ਇੱਦਾਂ ਕੀਤਾ ਸੀ? ਇੱਕ ਤਾਂ ਕਰਕੇ ਉਹ ਖਰਾਬੀ ਬਹੁਤ ਕਰਦੇ ਸੀ ਅਤੇ ਉਹ ਦੂਸਰਿਆਂ ਨੂੰ ਵੀ ਰੋਂਗ ਰਸਤੇ ਲਾਉਂਦੇ ਸੀ। ਦੂਸਰੀ, ਕਈ ਵਾਰੀ ਅੱਜ ਪਰਮੇਸ਼ੁਰ ਸਾਨੂੰ ਦਿਖਾਲਣਾ ਚਾਹੁੰਦਾ ਹੁੰਦਾ ਬਈ ਨਰਕ ਹੈਗੇ ਆ, ਇੱਕ ਅਜੀਬ ਤਰ੍ਹਾਂ ਉਹਨੇ ਕੀਤਾ ਵੀ ਸਾਨੂੰ ਪਤਾ ਲੱਗ ਜਾਵੇ। ਜਦ ਇੱਕ ਵਾਰੀ ਇਗਜ਼ੈਂਪਲ ਬਣ ਜਾਂਦਾ ਆ ਅਤੇ ਉਹ ਕਈ ਵਾਰੀ ਗਾਹਾਂ ਵੀ ਫੇ ਉਹਦੇ ਵਾਸਤੇ ਰਸਤਾ ਬਣ ਜਾਂਦਾ ਇੱਦਾਂ ਹੋਣ ਨੂੰ। ਸੋ ਆਪਾਂ ਨੰਬਰਸ ਦੀ ਕਿਤਾਬ, ਜਿਹੜੀ ਕਿਤਾਬ ਜਿੰਨੇ ਨੰਬਰ ਸਾਦੇ ਆ ਗਿਣਤੀ, ਨੰਬਰਸ ਚੈਪਟਰ 16 ਵਰਸ 33 ਦੇ ਵਿੱਚੋਂ ਪੜ੍ਹਦੇ ਹਾਂ। ਹਾਂਜੀ, ਨੰਬਰਸ, ਸੋਰੀ, ਗਿਣਤੀ ਉਹਦਾ 16ਵਾਂ ਚੈਪਟਰ ਅਤੇ 33 ਆਇਤ। ਇਉਂ ਉਹ ਅਤੇ ਉਹਨਾਂ ਦੇ ਨਾਲ ਦੇ ਜਿਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਉਹਨਾਂ ਉੱਤੇ ਮਿਲ ਗਈ ਸੀ, ਸੋ ਉਹ ਸਭਾ ਵਿੱਚੋਂ ਨਾਸ਼ ਹੋ ਗਏ। ਆਮੇਨ। ਕੀ ਇੱਥੇ ਦੇਖਦੇ ਹਾਂ, ਇਸਰਾਇਲੀ ਲੋਕ ਜਦੋਂ ਪਰਮੇਸ਼ੁਰ ਦਾ ਦਾਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਗਿਆ ਸੀ, ਜਦੋਂ ਉਹ ਮੁੜ ਕੇ ਆਉਂਦਾ ਆ ਅਤੇ ਉਹ ਦੇਖਦਾ ਆ ਉਹ ਬਹੁਤ ਮੂਰਤੀ ਪੂਜਾ ਦੇ ਵਿੱਚ ਪੈ ਗਏ ਆ, ਬੁੱਤ ਬਣਾ ਕੇ ਉਹਨੂੰ ਪੂਜਣ ਲੱਗ ਪਏ ਆ ਅਤੇ ਹੋਰ ਵੀ ਬਹੁਤ ਖਰਾਬੀਆਂ ਕਰਨ ਲੱਗ ਪਏ ਆ, ਅਤੇ ਜਦੋਂ ਉਹ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸੁਣਦੇ ਨਹੀਂ ਹੈਗੇ, ਅਤੇ ਫਿਰ ਪਰਮੇਸ਼ੁਰ ਨੂੰ ਬਹੁਤ ਖਿਝ ਆ ਜਾਂਦੀ ਆ ਅਤੇ ਧਰਤੀ ਪਾਟ ਜਾਂਦੀ ਆ, ਅਤੇ ਉਹ ਜਿੰਨੇ ਵੀ ਲੋਕ ਪਹਿਲਾਂ ਚਾਂਸ ਦਿੰਦੇ ਆ ਉਹਨਾਂ ਨੂੰ, ਮੂਸਾ ਨੂੰ ਦੱਸਦਾ ਆ ਵੀ ਜਿਹੜੇ ਇਹਨਾਂ ਨੂੰ ਫੋਲੋ ਕਰਨੇ ਚਾਹੀਦੇ ਉੱਧਰ ਹੋ ਜਾਓ, ਜਿਹੜੇ ਮੇਰੇ ਮਗਰ ਆਉਣਾ ਚਾਹੁੰਦੇ ਇੱਧਰ ਆ ਜਾਓ,
ਜਿੰਨੇ ਵੀ ਪਰਮੇਸ਼ਰ ਦੇ ਨਾਲ ਚੱਲਣੇ ਚਾਹੁੰਦੇ ਮੂਸਾ ਦੇ ਕੋਲ ਆ ਕੇ ਖੜੇ ਹੋ ਗਏ, ਦੂਸਰੇ ਆਪਣੀ ਫਹਿਮੀਆਂ ਨੂੰ ਨਾਲ ਲੈ ਕੇ ਅਤੇ ਉਹ ਮੂਸਾ ਦੇ ਖਿਲਾਫ ਖੜੇ ਆ। ਪਰਮੇਸ਼ਰ ਨੇ ਧਰਤੀ ਖੋਲ੍ਹੀ, ਸਿੱਧਾ ਹੀ ਨਰਕਾਂ ਨੂੰ ਲੈ ਗਿਆ ਅਤੇ ਮੁੜ ਕੇ ਧਰਤੀ ਫੇਰ ਬੰਦ ਕਰਤੀ। ਦੇਖੋ ਕਿੰਨੀ ਵੱਡੀ ਖਬਰਦਾਰੀ ਦੇ ਕੇ ਗਿਆ, ਅਸੀਂ ਫੇਰ ਵੀ ਲਾਪਰਵਾਹ ਆ, ਅਸੀਂ ਹੇ ਫੇਰ ਵੀ ਕਹਿੰਦੇ ਹਾਂ ਵੀ ਕੁਛ ਨਹੀਂ ਹੋਣਾ ਹੈਗਾ। ਨਹੀਂ, ਇਹ ਸੱਚੀ ਚੀਜ਼ ਆ। ਪਰਮੇਸ਼ੁਰ ਨੇ ਬਹੁਤ ਐਗਜ਼ਾਮਪਲਸ ਦਿੱਤੇ ਆ, ਬਹੁਤ ਚੀਜ਼ਾਂ ਦਿਖਾਈਆਂ ਆ, ਅਤੇ ਉਹ ਸਾਨੂੰ ਖਬਰਦਾਰ ਕਰ ਰਿਹਾ ਆ ਵੀ ਅਸੀਂ ਆਪਣੇ ਆਪ ਨੂੰ ਠੀਕ ਕਰ ਲਈਏ। ਇਕੱਲਾ ਇੱਦਾਂ ਹੀ ਨਹੀਂ, ਪਰਮੇਸ਼ੁਰ ਚਾਹੁੰਦਾ ਅਸੀਂ ਆਪਣੇ ਬੱਚਿਆਂ ਨੂੰ ਵੀ ਸੁਧਾਰ ਲਈਏ। ਜਦੋਂ ਨਿੱਕੇ ਨਿੱਕੇ ਆ ਉਦੋਂ ਸਕਾਲਣਾ, ਉਹਨਾਂ ਨੂੰ ਸਕਾਲਾ ਆ, ਜਦੋਂ ਸਿਆਣੇ ਹੋ ਜਾਂਦੇ ਆ ਫਿਰ ਨਹੀਂ ਉਹ ਸਿੱਖਦੇ। ਪਰ ਜੇ ਅਸੀਂ ਨਿੱਕਿਆਂ ਨੂੰ ਸਕਾਲ ਦਈਏ ਜਦੋਂ ਵੱਡੇ ਹੋ ਜਾਂਦੇ ਫਿਰ ਉਹ ਚੇਤਾ ਨਹੀਂ ਭੁਲਾਉਂਦੇ ਹੈਗੇ। ਕਹਾਵਤਾਂ ਦੀ ਕਿਤਾਬ ਦੇ ਵਿੱਚ ਉਹ ਸਾਨੂੰ ਵਾਰਨਿੰਗ ਦੇ ਰਿਹਾ, ਪ੍ਰੋਵਰਬਸ ਚੈਪਟਰ 23 ਵਰਸ 13 ਐਂਡ 14 ਦੇ ਵਿੱਚ ਉਹ ਦੱਸ ਰਿਹਾ ਬਈ ਜੇ ਅਸੀਂ ਨਿਆਣਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਉਹ ਨਰਕਾਂ ਦੇ ਵਿੱਚੋਂ ਵੱਜ ਜਾਣਗੇ। ਹੋ ਸਕਦਾ ਸਾਨੂੰ ਹੁਣ ਸੋਟੀ ਵੀ ਵਰਤਣੀ ਪਵੇ, ਹੋ ਸਕਦਾ ਸਾਨੂੰ ਬਹੁਤ ਸਖਤ ਵੀ ਝਿੜਕਣਾ ਪਵੇ, ਅਤੇ ਹੋ ਸਕਦਾ ਸਾਡਾ ਦਿਲ ਵੀ ਦੁਖੇ ਜਦੋਂ ਅਸੀਂ ਕਰਦੇ ਹਾਂ। ਪਰ ਬੈਟਰ ਆ ਜੇ ਅਸੀਂ ਉਹਨਾਂ ਨੂੰ ਨਰਕਾਂ ਤੋਂ ਫਿਰ ਵੀ ਬਚਾ ਸਕੀਏ। ਕਰਕੇ ਦੇਖੋ ਆਪਾਂ ਔਲਰੇਡੀ ਕਿੰਨੀਆਂ ਚੀਜ਼ਾਂ ਦੇਖ ਰਹੇ ਹਾਂ ਜਿਹੜੀਆਂ ਦੱਸਦੀਆਂ ਵੀ ਇੰਨੀ ਖਤਰਨਾਕ ਆ, ਇੰਨੀ ਖਰਾਬ ਆ ਨਰਕ। ਇਸ ਕਰਕੇ ਆਪਾਂ ਨੂੰ ਇੱਥੇ ਪਰਮੇਸ਼ੁਰ ਦੱਸ ਰਿਹਾ ਕਹਾਵਤਾਂ ਦੀ ਕਿਤਾਬ ਚੈਪਟਰ 23 ਅਤੇ ਉਹਦੀ ਚੈਪਟਰ 23 ਵਰਸ 13 ਐਂਡ 14। ਹਾਂਜੀ, ਇਹ ਪ੍ਰੋਵਰਬਸ ਆ ਚੈਪਟਰ 23 ਅਤੇ 13 ਐਂਡ 14 ਆਏ ਤੋਂ ਆ। ਕਹਾਵਤਾਂ 23:13 ਅਤੇ 14, ਬਾਲਕ ਦੇ ਤਾੜਨ ਤੋਂ ਨਾ ਰੁੱਖ, ਭਾਵੇਂ ਤੂੰ ਸ਼ਿਟੀ ਨਾਲ ਉਹਨੂੰ ਮਾਰੇ ਤਾਂ ਉਹਨੂੰ ਨਾ ਉਹ ਨਾ ਮਰੇਗਾ। ਤੂੰ ਸ਼ਿਟੀ ਨਾਲ ਉਹਨੂੰ ਮਾਰ ਅਤੇ ਉਹਦੀ ਜਾਨ ਨੂੰ ਪਤਾਲੋਂ ਬਚਾ ਲਾ। ਆਮੇਨ। ਜ਼ਰੂਰ, ਕਈ ਵਾਰੀ ਸਾਨੂੰ ਜਦੋਂ ਨਿਆਣਿਆਂ ਨੂੰ ਸਿੱਖਿਆ ਦੇਣੀ ਆ ਸਖਤ ਵੀ ਸਿੱਖਿਆ ਦੇਣੀ ਪੈਂਦੀ ਆ, ਪਰ ਅਖੀਰ ਦੇ ਵਿੱਚ ਉਹ ਜਿਹੜੀ ਸਿੱਖਿਆ ਫਿਰ ਉਹਦੇ ਦਿਲ ਵਿੱਚ ਬਹਿ ਜਾਂਦੀ ਆ ਅਤੇ ਉਹ ਨਰਕਾਂ ਤੋਂ ਬਚ ਜਾਂਦੇ ਆ। ਉਹ ਜੋ ਜਿੱਥੇ ਪਰਮੇਸ਼ੁਰ ਨਹੀਂ ਚਾਹੁੰਦਾ, ਅਸੀਂ ਵੀ ਨਹੀਂ ਚਾਹੁੰਦੇ ਉਹਨਾਂ ਨਾਲ ਖਰਾਬੀ ਹੋਵੇ। ਸੋ ਇਸ ਕਰਕੇ ਸਾਨੂੰ ਇਹ ਵੀ ਸਿੱਖਿਆ ਦਿੰਦਾ, ਸਾਨੂੰ ਨਿਆਣਿਆਂ ਨੂੰ ਵੀ ਸਿਖਾਉਣੀ ਚਾਹੀਦੀ ਆ। ਇੱਕ ਜੂਡ ਆਪਾਂ ਨੂੰ ਇੱਕ ਸਿੱਖਿਆ ਦਿੰਦਾ ਦਿਖਾਲਦਾ ਆ ਅਤੇ ਆਪਾਂ ਉਹਦੇ ਬਾਰੇ ਵੀ ਦੇਖਦੇ ਹਾਂ। ਜੂਡ ਸਾਨੂੰ ਦੱਸਦਾ ਆ ਬਈ ਕਿੰਨਾ ਖਤਰਨਾਕ ਆ ਨਰਕਾਂ ਨੂੰ ਜਾਣਾ, ਉਹਦੇ ਆਖੇ ਨਾ ਲੱਗਣਾ। ਕਈ ਵਾਰੀ ਅਸੀਂ ਪਰਮੇਸ਼ੁਰ ਦੇ ਦਾਸ ਹੋ ਕੇ ਵੀ ਅਸੀਂ ਗਲਤ ਚੀਜ਼ਾਂ ਕਰਦੇ ਹਾਂ ਅਤੇ ਜੂਡ ਸਾਨੂੰ ਵਾਰਨਿੰਗ ਦੇ ਰਿਹਾ ਆ, ਕਹਿੰਦਾ ਜੇ ਅਸੀਂ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਅਸੀਂ ਵੀ ਉਸ ਜਗ੍ਹਾ ਦੇ ਵਿੱਚ ਚੱਲ ਜਾਣਾ ਆ। ਸੋ ਆਪਾਂ ਜੂਡ ਦੀ ਵਾਰਨਿੰਗ ਦੇਖਦੇ ਹਾਂ, ਉਹਦੀ ਇੱਕੋ ਹੀ ਚੈਪਟਰ ਆ ਅਤੇ ਉਹਦੀ ਜੂਡ ਚੈਪਟਰ 1 ਵਰਸ 12 ਐਂਡ 13 ਨੂੰ ਇਹਦਾ ਵੱਲੋਂ ਕਰ। ਹਾਂਜੀ, ਇਹਨੂੰ ਪੰਜਾਬੀ ਜਹੂਦਾ ਕਿਹਾ ਜਾਂਦਾ ਹੈ। ਰੈਵਲੇਸ਼ਨ ਤੋਂ ਪਹਿਲਾਂ, ਪ੍ਰਕਾਸ਼ ਦੀ ਪੋਥੀ ਤੋਂ ਪਹਿਲਾਂ ਆਉਂਦੀ ਹੈ ਅਤੇ ਇਹਦਾ ਇੱਕੋ ਹੀ ਚੈਪਟਰ ਆ, 1 ਚੈਪਟਰ 12 ਤੋਂ 13 ਅੱਜ ਆਪਾਂ ਪੜ੍ਹਦੇ ਹਾਂ। ਇਹ ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਤਿੱਲੇ ਹਨ। ਇਹ ਆਪਣੇ ਹੀ ਢਿੱਡ ਭਰਦੇ ਹਨ, ਇਹ ਭੌਣਾ ਦੇ ਉਡਾਏ ਹੋਏ ਸੁੱਕੇ ਬੱਦਲ ਹਨ, ਇਹ ਪੱਤਝੜ ਰੁੱਤ ਦੇ ਵਿਸ਼ ਹਨ ਜੋ ਅਫਲ ਦੋ ਵਾਰੀ ਮੋਏ ਜੜੋਂ ਪੁੱਟੇ ਹੋਏ ਹਨ। ਆਮੇਨ ਆਮੇਨ। ਸੋ ਇੱਥੇ ਬਹੁਤ ਚੰਗੀ ਵਾਰਨਿੰਗ ਦੇ ਰਿਹਾ ਆ ਵੀ ਜਿਹੜੇ ਅਸੀਂ ਪ੍ਰਭੂ ਨਾਲ ਵੀ ਚੱਲਦੇ ਹਾਂ। ਇੱਥੇ ਸ਼ੈਪਰਡਸ ਕਹਿੰਦਾ ਆ, ਸ਼ੈਪਰਡਸ ਪਾਸਟਰਸ ਹੁੰਦੇ ਆ ਅਤੇ ਉਹਨਾਂ ਨੂੰ ਵੀ ਵਾਰਨਿੰਗ ਦੇ ਰਿਹਾ ਆ ਜੇ ਉਹ ਆਪਣਾ ਹੀ ਢਿੱਡ ਭਰਦੇ ਆ, ਲੋਕਾਂ ਦੀ ਮਦਦ ਨਹੀਂ ਕਰਦੇ ਹੈਗੇ, ਉਹਨਾਂ ਵਾਸਤੇ ਵੀ ਜੂਡ ਦੱਸਦਾ। ਮੈਂ ਨਹੀਂ ਕਹਿੰਦਾ ਹੈਗਾ ਬਾਈਬਲ ਚੋਂ, ਆਪ ਤੁਸੀਂ ਆਪਣੇ ਵਿੱਚੋਂ ਪੜ੍ਹਿਓ। ਜੂਡ ਕਹਿੰਦਾ ਆ, ਉਹ ਵੀ ਕਹਿੰਦਾ ਉਸ ਜਗ੍ਹਾ ਨੂੰ ਜਾ ਰਿਹਾ। ਕਿਹੜੀ ਜਗ੍ਹਾ ਨੂੰ? ਫੋਰ ਹੂਮ ਦ ਗਲੂਮ ਐਂਡ ਦੀ ਅਟਰ ਡਾਰਕਨੈਸ ਹੈਵ ਬੀਨ ਰਿਜ਼ਰਵਡ ਫੋਰ ਐਵਰ। ਸਦਾ ਵਾਸਤੇ ਉਹਨਾਂ ਵਾਸਤੇ ਉਹ ਰੱਖੀ ਗਈ ਆ। ਸੋ ਜਦੋਂ ਵੀ ਆਪਾਂ ਪ੍ਰਭੂ ਦੀ ਸੇਵਾ ਵੀ ਕਰਦੇ ਹਾਂ, ਸਾਨੂੰ ਡਰਦੇ ਕੰਬਦੇ ਉਹਦੀ ਹਜ਼ੂਰੀ ਵਿੱਚ ਸਹੀ ਤਰ੍ਹਾਂ ਕਰਨ ਦੀ ਜ਼ਰੂਰਤ ਆ। ਸੋ ਸਾਡੇ ਵਾਸਤੇ ਹੀ ਵਾਰਨਿੰਗ ਹੈ, ਅਸੀਂ ਇਕੱਲੀ ਤੁਹਾਨੂੰ ਹੀ ਨਹੀਂ ਦੱਸਦੇ ਹੈਗੇ, ਜਿਹੜੇ ਅਸੀਂ ਪ੍ਰਭੂ ਦੀ ਸੇਵਾ ਕਰਦੇ ਸਾਡੇ ਵਾਸਤੇ ਵੀ
प्रभु ने बहुत बड़ी वॉर्निंग रखी हुई है। कई बार असी कहने होंने खरे असी ठीक हाँ। तो मैं एक बार इंडिया में सगा तो मैं एक संत नू दस रहा करके वह गलत चीज़ें करता सी। मैं कह जी तुम इदा कर करते रहे तो कम चल जाना, पर वह मैं कहें अभी तो संत होंने। फिर उतो मुड़ पा सारा राह जिन्ना कि मैं सुनता से उही कही कि अं तो संत होंने, अं तो संत होंने। जो मर्जी असी अपने आप को कहाइए जे असी सही काम नहीं करते है जेडे परमेश्वर ने सानू गया किया आ, तो जेडे लोगों से सानू सही स्नेहा पहुँचा चाहिए है असी नहीं पहुँचाते है असी भी खतरे दे विच आ। सो ताही आह जी सख्त टीचिंग आ असी दे रहे हैं। हो सकता एक दो जने सुन के अपने रास्ते नू ठीक कर लैन तो असी बहुत खुश होवांगे जो नरकां दे रास्ते विचों छुट गए। तो असी चाहते हाँ कोई भी नरकां नू जावे ना। आपां प्रकाश दी पोथी द बुक ऑफ रेवलेशन चैप्टर 14 वर्स 11 विच देखांगे। हाँ जी, प्रकाश दी पोथी उहदा 14वां चैप्टर ते उहदी 11वीं आयत इत्थे इदां लिखिआ, अते उहनां दे कष्ट दा धूआं जुगो जुग उठदा रहिंदा है, सो उह जिहड़े दरिंदे दी अते उहदी मूर्ति दी पूजा करदे हन अते उह जिहड़े उहदे नाम दा दाग लवाउंदे हन रात दिन कदी भी चैन नहीं पाउंदे। आमीन। And the smoke and the torment goes up forever and ever. Kina de agde vich har vele da inda jede buttan di pooja karde si, jede shaitan di pooja karde sige, jinni oda nishan lo aaya unhan nu oh dasda khabardar das reha, par jinna chikar apan jinde haan अपनी कोई चॉइस हैगी उस रास्ते तो मुड़ सकते हैं। जे असी अज की खबरदारी सुन के असी गलत रास्ते ते सिगे असी सही रास्ते ते पै सकते हैं। आपां दो चीज दो होर दे खबरदारियां देख के फिर आपां सही रास्ते दे बारे गल करनी है ते तुसी अपना रास्ता चेंज कर सकते हैं। जरूरत नहीं हैगी नरकां नूं जे इस वेले जा रहे हैं, ये अखीरले मिनट विच भी असी कर सकते हैं, पर अखीरले मिनट की वेट नहीं करनी करके सानू पता नहीं हैगा कदों कदों परमेश्वर ने आ जाना, कदों साडा टाइम इत्थे फिनिश हो जाना। हो सकता फिर सानू मौका ना मिले। सच्ची किसी नू भी पता नहीं हैगा साडे को किन्ना टाइम आ ते कदों साडे डैथ हो जानी आ ते कदों साडी चॉइस निकल जानी आ। जिन्ना चिकर असी जींदे आ साढ़े को चॉइस आ, असी चोण कर सकते हैं। जो साड़ी मौत हो गई उदू बाद बस वो ही आ न्याय होना आ, जजमेंट ही होनी आ, होर कोई कुछ भी बदल नहीं सकता है। हुण जिन्ना चिकर साढ़े साह हैगे आ बदल सकते हैं। जो असी येसु मसीह जो क्रॉस उत्ते टंगिया सीगा, आपां कई बार उहदे बारे गल कीती आ, दो आदमी उहदे नाल टंगे हुए सी सज्जे ते खब्बे। तो एक उन्होंने कहता आ भी जे तू सच्ची परमेश्वर का पुत्र आ नाले क्रॉस तो आप उतरिया नाले सानू ला ला, पर जो दूसरा आ वह कहता येसु मसीह कहता वह कहता मैनू याद करी, मैनू याद करी जो तू अपने राज दे विच गया। तो येसु मसीह उन्हें वायदा करता आ कहता अज अज कहता तू पैराडाइज दे विच होगा, अज कहता तू स्वर्ग दे विच होगा। बस इन्नी लोड़ आ जो असी अपने पापा तो तौबा कर लग पे तो उन्होंने कबूल कर लेने तो वह सानू माफ़ कर देता है। सो ये बारे आप थोड़ी जहाँ देखेंगे, पर अपना एक दो हले होर देखनिया जड़िया मैं अगे दसिया सी धरती पाट के तो बहुत लोग 28,000 ज इदा इन्ने से जेडे एको दम नरकों के चल गए सके, जिन्हें चुन लिया वो परमेश्वर के रास्ते नहीं चलना चाहते है। पर गाह भी इदा एक बार होने वाला आ, आप बुक ऑफ रेवलेशन चैप्टर 19 वर्स 20 दे पढ़ते हैं जिथे वो सानू दसता है गाह भी इदा होगा। हाँ जी, रेवलेशन की किताब प्रकाश की पोथी उहदा 19वां चैप्टर 19 चैप्टर वर्स 20 यानी कि 20 आयत,
ਅਤੇ ਉਹ ਦਿਨ ਦਾ ਫੜਿਆ ਗਿਆ ਅਤੇ ਉਹਦੇ ਨਾਲ ਉਹ ਝੂਠਾ ਨਬੀ ਵੀ ਜਿਹਨੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਉਹਨਾਂ ਨੂੰ ਭਰਮਾ ਛੱਡਿਆ ਸੀ, ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲਵਾਇਆ ਸੀ, ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਹੀ ਜੀ ਸੁੱਟੇ ਗਏ। ਆਮੇਨ। ਸੋ ਇੱਥੇ ਆਪਾਂ ਦੇਖਦੇ ਹਾਂ ਦੋ ਜਿਹੜੇ ਨਵੀਂ ਸੀਗੇ ਜਿਹੜੇ ਝੂਠੇ ਪ੍ਰਚਾਰ ਕਰਦੇ ਸੀ ਜਾਂ ਝੂਠੀਆਂ ਚੀਜ਼ਾਂ ਲੋਕਾਂ ਨੂੰ ਦੱਸਦੇ ਸੀਗੇ ਆਉਣ ਵਾਲੇ ਟਾਈਮ ਦੇ ਵਿੱਚ, ਇਹ ਹਲੇ ਆਏ ਨਹੀਂ ਉਹ, ਅਤੇ ਉਹਨੇ ਬਹੁਤ ਲੋਕਾਂ ਨੂੰ ਆਪਣੇ ਮਗਰ ਲਾ ਲਿਆ ਸੀ। ਉਹ ਮਿਰਕਲਸ ਵੀ ਕਰਦੇ ਸੀ, ਬਹੁਤ ਚੀਜ਼ਾਂ ਨਿਸ਼ਾਨ ਦਿਖਾਉਂਦੇ ਸੀ ਲੋਕਾਂ ਨੂੰ, ਅਤੇ ਬਹੁਤ ਲੋਕ ਉਹਨਾਂ ਦੇ ਮਗਰ ਲੱਗ ਗਿਆ ਸੀ। ਪਰ ਪਰਮੇਸ਼ੁਰ ਨੇ ਉਹਨੂੰ ਸਜ਼ਾ ਦਿੱਤੀ, ਜਿੱਦਾਂ ਆਪਾਂ ਦੂਸਰੇ ਦੇਖਿਆ ਸੀ ਮੂਸਾ ਟਾਈਮ ਦੇ ਵਿੱਚ, ਅਤੇ ਪਤਾ ਨਹੀਂ ਉਹ ਕਿੱਦਾਂ, ਪਰ ਸਿੱਧਾ ਹੀ ਉਹਨੀ ਨਰਕਾਂ ਨੂੰ, ਉਸ ਜੀਂਦਿਆਂ ਨੇ ਨਰਕਾਂ ਨੂੰ ਚੱਲ ਜਾਣਾ। ਸੋ ਪਰਮੇਸ਼ੁਰ ਆਪਾਂ ਨੂੰ ਬਾਰ ਬਾਰ ਖਬਰਦਾਰ ਕਰ ਰਿਹਾ ਆ, ਅਤੇ ਸਾਨੂੰ ਅਟੈਨਸ਼ਨ ਪੇ ਕਰਨਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਆ। ਦੂਸਰੀ ਵਾਰੀ ਇਹ ਹੋਣ ਵਾਲਾ ਆ, ਹੋ ਸਕਦਾ ਸਾਡੇ ਟਾਈਮ ਦੇ ਵਿੱਚ ਹੋਵੇ, ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਹੋਵੇ, ਪਰ ਇਹ ਰਿਕਾਰਡ ਕੀਤਾ ਗਿਆ, ਸੋ ਲੋਕ ਮਗਰੋਂ ਵੀ ਸੁਣ ਸਕਦੇ ਆ, ਜਿਹਦੇ ਨਾਲ ਅਸੀਂ ਫਿਰ ਦੇਖ ਸਕਦੇ ਹਾਂ ਵੀ ਸੱਚੀ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਆ। ਤੁਸੀਂ ਇਕੱਲਾ ਮੇਰਾ ਜੋ ਮੈਂ ਕਹਿੰਦਾ ਉਹਦੇ ਨਾ ਇਹ ਆਖੇ ਲੱਗੋ, ਤੁਸੀਂ ਆਪਣੀ ਬਾਈਬਲ ਦੇ ਵਿੱਚੋਂ ਦੇਖਿਓ, ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ, ਉਹਦਾ 19ਵਾਂ ਚੈਪਟਰ, ਉਹਦੀ 20ਵੀਂ ਆਇਤ ਆਪਾਂ ਪੜ੍ਹ ਕੇ ਹਟਿਆ। ਹੁਣ ਆਪਾਂ ਪ੍ਰਕਾਸ਼ ਦੀ ਪੋਥੀ 20ਵੇਂ ਚੈਪਟਰ ਦੇ ਵਿੱਚੋਂ ਹੀ 9ਵੀਂ ਤਾਂ 10ਵੀਂ ਆਇਤ ਪੜ੍ਹਾਂਗੇ। ਬੁੱਕ ਆਫ ਰੈਵਲੇਸ਼ਨ ਚੈਪਟਰ 20 ਵਰਸ 9 ਐਂਡ 10। ਪ੍ਰਕਾਸ਼ ਦੀ ਪੋਥੀ ਉਹਦਾ 20ਵਾਂ ਚੈਪਟਰ 9 ਅਤੇ 10 ਆਇਤ। ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ, ਅਤੇ ਆਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ, ਅਤੇ ਸ਼ਤਾਨ ਜਿਹਨੇ ਉਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਿਨ ਦਾ ਅਤੇ ਝੂਠਾ ਨਬੀ ਹੈ, ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਭੋਗਣਗੇ। ਰਾਤ ਦਿਨ ਜੁਗੋ ਜੁਗ ਉਹ ਦੇ ਬੀ ਟੋਰਮੈਂਟਡ। ਬਹੁਤ ਖਰਾਬ ਜਗ੍ਹਾ ਆ, ਬਹੁਤ ਭੈੜੀ ਜਗ੍ਹਾ ਆ। ਅੱਜ ਤੁਸੀਂ ਫੈਸਲਾ ਕਰ ਸਕਦੇ ਹੋ, ਜੇ ਤੁਸੀਂ ਫੈਸਲਾ ਕਰ ਲਿਆ ਤੁਸੀਂ ਬਚ ਸਕਦੇ ਹੋ। ਇੱਕ ਫੈਸਲੇ ਦੇ ਨਾਲ, ਇੱਕ ਡਿਸੀਜਨ ਦੇ ਨਾਲ ਅਸੀਂ ਇਹ ਅਵੋਇਡ ਕਰ ਸਕਦੇ ਹਾਂ। ਜਿਹੜੀ ਨਰਕ ਪਰਮੇਸ਼ੁਰ ਨੇ ਆਦਮੀ ਵਾਸਤੇ ਨਹੀਂ ਬਣਾਏ ਸੀ, ਆਪਾਂ ਪਿਛਲੇ ਹਫ਼ਤੇ ਦੇਖਿਆ ਸੀ, ਜੇ ਤੁਸੀਂ ਮਿਸ ਕਰ ਗਿਆ ਸੀ ਤੁਸੀਂ ਉਹ ਮੁੜ ਕੇ ਜਾ ਕੇ ਫਿਰ ਸੁਣ ਸਕਦੇ ਹਾਂ। ਪਰਮੇਸ਼ੁਰ ਨੇ ਉਹ ਜਿਹੜੇ ਸਵਰਗਦੂਤ ਸਵਰਗਾਂ ਵਿੱਚੋਂ ਡਿੱਗ ਪਏ ਸੀ ਉਹਨਾਂ ਵਾਸਤੇ ਬਣਾਇਆ ਸੀਗਾ, ਜਿਹੜੇ ਪਰਮੇਸ਼ੁਰ ਦੇ ਆਖੇ ਨਹੀਂ ਲੱਗੇ ਸੀ। ਪਰਮੇਸ਼ੁਰ ਦੇ ਸਵਰਗਦੂਤ ਨੇ ਜਿਹੜਾ ਮਾਈਕਲ ਸੀ, ਉਹਨੇ ਤਾਂ ਦੂਸਰੇ ਸਵਰਗਦੂਤਾਂ ਨਾਲ ਲੜਾਈ ਕੀਤੀ, ਉਹਨਾਂ ਨੂੰ ਸਵਰਗਾਂ ਵਿੱਚੋਂ ਕੱਢ ਦਿੱਤਾ, ਅਤੇ ਉਦੋਂ ਦੇ ਉਹ ਸੈਕਿੰਡ ਹੈਵਨ ਦੇ ਵਿੱਚ ਆ, ਜਿਹੜੀ ਬੱਦਲਾਂ ਤੋਂ ਉੱਪਰ ਆ, ਅਤੇ ਉਹਨਾਂ ਨੂੰ ਫਿਰ ਇਕੱਠੇ ਕਰਕੇ ਸਾਰਿਆਂ ਨੂੰ ਨਰਕਾਂ ਦੇ ਵਿੱਚ ਸੁੱਟ ਦੇਣਾ ਆ, ਜਿਨ੍ਹਾਂ ਵਾਸਤੇ ਪਰਮੇਸ਼ੁਰ ਨੇ ਬਣਾਈ ਸੀਗੀ। ਪਰ ਜਿੰਨੇ ਵੀ ਉਹਨਾਂ ਨੂੰ ਫੋਲੋ ਕਰਦੇ ਆ ਉਹ ਵੀ ਉੱਥੇ ਹੀ ਜਾ ਰਹੇ ਆ। ਇਸ ਕਰਕੇ ਸਾਨੂੰ ਪਰਮੇਸ਼ੁਰ ਵਾਰਨਿੰਗ ਦੇ ਰਿਹਾ ਆ, ਅਸੀਂ ਉਹ ਤੋਂ ਬਚ ਜਾਈਏ। ਜੂਡ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਅਤੇ ਉਹਦੀ 23ਵੀਂ ਆਇਤ ਆਪਾਂ ਪੜ੍ਹਦੇ ਹਾਂ। ਹਾਂਜੀ, ਯਹੂਦਾ ਉਹਦਾ ਪਹਿਲਾ ਚੈਪਟਰ ਅਤੇ ਉਹਦੀ 23ਵੀਂ ਆਇਤ, ਇਹਦੇ ਵਿੱਚ ਲਿਖਿਆ, ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂਹ ਖਿੱਚ ਕੇ ਬਚਾਓ, ਅਤੇ ਉਸ ਵਸਤਰ ਤੋਂ ਵੀ ਜਿਹਦੇ ਵਿੱਚ ਦਹੀਂ ਦਾ ਦਾਗ ਲੱਗਿਆ ਹੋਵੇ, ਸੂਕ ਕਰਦੇ ਹੋਏ ਕਿੰਨਿਆਂ ਉੱਤੇ ਭੈਣ ਨਾਲ ਦਇਆ ਕਰੋ। ਪਰਮੇਸ਼ੀ ਕਹਿੰਦਾ ਲੋਕਾਂ ਨੂੰ ਇਸ ਅੱਗ ਤੋਂ ਬਚਾ ਲਓ। ਇਸ ਕਰਕੇ ਆ ਸੁਨੇਹਾ ਅਸੀਂ ਤੁਹਾਡੇ ਕੋਲ ਪਹੁੰਚਾ ਰਹੇ ਹਾਂ। ਪਰਮੇਸ਼ੁਰ ਕਹਿੰਦਾ ਲੋਕਾਂ ਨੂੰ ਇਸ ਅੱਗ ਤੋਂ ਬਚਾ ਲਓ। ਕਹਿੰਦਾ ਜਿਹੜੇ ਗੰਦੇ ਕੱਪੜੇ ਆ ਉਹ ਵੀ ਉੱਥੇ ਲਿਜਾ ਰਹੇ ਜਾਣਗੇ। ਇਹਦਾ ਕੀ ਮਤਲਬ, ਜਿਹੜੇ ਅਸੀਂ ਪਾਪ ਸੀ, ਜਿਹੜੇ ਗਲਤ ਚੀਜ਼ਾਂ ਕਰਦੇ ਸੀ, ਉਹ ਸਾਨੂੰ ਉੱਥੇ ਲਿਜਾ ਰਹੇ ਆ, ਉਹ ਸਾਨੂੰ ਨਵੇਂ ਕੱਪੜੇ ਦੇਣ ਨੂੰ ਤਿਆਰ ਆ, ਉਹ ਸਾਨੂੰ ਇੱਕ ਨਵੀਂ ਵਰਦੀ ਦੇਣ ਨੂੰ ਤਿਆਰ ਆ। ਆਪਾਂ ਪਿਛਲੇ ਹਫ਼ਤੇ ਦੇਖਿਆ ਸੀਗਾ ਅਖੀਰ ਦੇ ਵਿੱਚ ਜਾ ਕੇ ਅਸੀਂ, ਸਾਨੂੰ ਨਵੇਂ ਸ਼ਖਸ ਬਣਾਉਂਦਾ, ਕਹਿੰਦਾ ਯੂ ਮਸਟ ਬੀ ਬੋਰਨ ਅਗੇਨ, ਸਾਨੂੰ ਦੂਸਰਾ ਜਨਮ ਪਾਉਣ ਦੀ ਜ਼ਰੂਰਤ ਆ। ਸਾਨੂੰ ਅੱਜ ਫਿਰ ਵਾਰਨਿੰਗ ਦੇ ਰਿਹਾ ਆ,
ਅਤੇ ਅੱਜ ਅਸੀਂ ਖਬਰਦਾਰ ਹੋ ਸਕਦੇ ਹਾਂ, ਅਸੀਂ ਉੱਥੋਂ ਬਚ ਸਕਦੇ ਹਾਂ। ਪਰਮੇਸ਼ੁਰ ਕਹਿੰਦਾ ਜਿੰਨੇ ਵੀ ਅਸੀਂ ਪਰਮੇਸ਼ੁਰ ਨੂੰ ਜਾਣਨ ਵਾਲੇ ਹਾਂ, ਉਹ ਕਹਿੰਦਾ ਦੂਸਰਿਆਂ ਨੂੰ ਵੀ ਬਚਾ ਲਓ, ਆਪਣੇ ਘਰ ਨਾ ਬੈਠੋ। ਚਲੋ ਮੈਂ ਤਾਂ ਨਰਕਾਂ ਨੂੰ ਜਾਣਾ ਨਹੀਂ, ਮੈਂ ਤਾਂ ਸਵਰਗਾਂ ਨੂੰ ਜਾਣਾ, ਮੈਨੂੰ ਕੀ ਹੈ ਕੋਈ ਜਾਵੇ ਜਾਂ ਨਾ ਜਾਵੇ। ਨਾ, ਸਾਨੂੰ ਫਿਕਰ ਚਾਹੀਦਾ ਆ, ਸਾਨੂੰ ਉਹਨਾਂ ਵਾਸਤੇ ਪਿਆਰ ਚਾਹੀਦਾ ਆ। ਅਸੀਂ ਚਾਹੁੰਦੇ ਨਹੀਂ ਉਹਨਾਂ 'ਚੋਂ ਕੋਈ, ਕਿਸੇ ਵੀ ਸਾਡੇ ਭੈਣ ਭਰਾਵਾਂ ਦੇ ਵਿੱਚੋਂ ਕੋਈ ਨਰਕਾਂ ਨੂੰ ਜਾਵੇ। ਇੰਨੇ ਭੈੜੇ ਆ, ਇੰਨੇ ਖਰਾਬ ਆ, ਸਾਨੂੰ ਕੁਛ ਕਰਨ ਦੀ ਜ਼ਰੂਰਤ ਆ। ਸੋ ਆ ਜਾਓ ਆਪਾਂ ਰਲ ਕੇ ਪ੍ਰਾਰਥਨਾ ਕਰੀਏ, ਅਸੀਂ ਦੂਸਰਿਆਂ 'ਤੇ ਸੁਨੇਹਾ ਪਹੁੰਚਾਈਏ ਵੀ ਉਹ ਵੀ ਬਚ ਜਾ। ਆਮੇਨ। ਆਪਾਂ ਫਿਰ ਯੂਹੰਨਾ ਦੀ ਕਿਤਾਬ ਦੇ ਵਿੱਚੋਂ ਪੜ੍ਹਿਆ ਸੀਗਾ ਕਿ ਅਤੇ 12ਵੇਂ ਚੈਪਟਰ ਦੇ ਵਿੱਚੋਂ ਜੌਨ ਚੈਪਟਰ 12 ਵਰਸ 44-50 ਦੇ ਵਿੱਚੋਂ ਆਪਾਂ ਪੜ੍ਹਿਆ ਸੀ, ਜਿਹੜਾ ਉਹ ਸਾਨੂੰ ਦੱਸਦਾ ਆ ਪਰਮੇਸ਼ੁਰ ਨੇ ਕਿੰਨਾ ਵਧੀਆ ਸਾਡੇ ਵਾਸਤੇ ਰਸਤਾ ਬਣਾਇਆ। ਯਿਸੂ ਮਸੀਹ ਸਾਨੂੰ ਵਾਰਨਿੰਗ ਕਰ ਰਿਹਾ ਸੀ, ਉਹ ਕਹਿੰਦਾ ਐਂਡ 50ਵੀਂ ਆਇਤ ਦੇ ਵਿੱਚ ਜਾ ਕੇ ਉਹ ਦੱਸਦਾ ਐਂਡ ਆਈ ਨੋ ਦੈਟ ਦਿਸ ਕਮੈਂਡਮੈਂਟ ਇਜ਼ ਇਟਰਨਲ ਲਾਈਫ। ਕਹਿੰਦਾ ਮੈਨੂੰ ਪਤਾ ਪਰਮੇਸ਼ੁਰ ਦਾ ਹੁਕਮ ਹੈਗਾ ਸਦਾ ਦਾ ਜੀਵਨ। ਪਰ ਯਿਸੂ ਮਸੀਹ ਆਪ ਵੀ ਦੱਸਦਾ, ਉਹ ਕਹਿੰਦਾ ਮੈਂ ਪਾਪੀਆਂ ਨੂੰ ਨਾਸ਼ ਕਰਨ ਨਹੀਂ ਆਇਆ ਹੈਗਾ, ਪਾਪੀਆਂ ਨੂੰ ਬਚਾਉਣਾ ਆ। ਬਹੁਤ ਲੋਕ ਇਸ ਦੁਨੀਆਂ ਵਿੱਚ ਆਏ ਸੀ, ਉਹ ਪਾਪੀਆਂ ਦਾ ਨਾਸ਼ ਕਰਨ ਆਏ ਸੀਗੇ, ਪਰ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਆਇਆ ਸੀਗਾ। ਜੇ ਤੁਹਾਡੇ ਖਿਆਲ ਦੇ ਵਿੱਚ ਤੁਸੀਂ ਗਲਤੀ ਕੀਤੀਆਂ ਆ, ਤੁਸੀਂ ਪਾਪ ਕੀਤਾ ਆ, ਖੁਸ਼ਖਬਰੀ ਇਹ ਆ ਯਿਸੂ ਮਸੀਹ ਤੁਹਾਨੂੰ ਬਚਾਉਣ ਆਇਆ ਸੀ। ਯਿਸੂ ਮਸੀਹ ਨੇ ਤੁਹਾਡੀ ਕੀਮਤ ਕ੍ਰੋਸ ਉੱਤੇ ਦੇਤੀ ਆ, ਤੁਹਾਡੀ ਮੌਤੇ ਮਰ ਗਿਆ ਆ। ਅਤੇ ਜੇ ਅਸੀਂ ਉਹਨੂੰ ਅੱਜ ਕਬੂਲ ਕਰ ਲਵਾਂਗੇ, ਜੇ ਅਸੀਂ ਉਸ ਰਸਤੇ ਨੂੰ ਕਬੂਲ ਕਰ ਲਵਾਂਗੇ ਜਿਹੜਾ ਪਰਮੇਸ਼ੁਰ ਨੇ ਬਣਾਇਆ, ਤਾਂ ਅਸੀਂ ਬਚ ਜਾਵਾਂਗੇ। ਵਾਟ ਆਈ ਸੇ ਦੇਰਫੋਰ ਆਈ ਸੇ ਐਸ ਦ ਫਾਦਰ ਟੋਲਡ ਮੀ। ਯਿਸੂ ਮਸੀਹ ਕਹਿੰਦਾ ਮੈਂ ਹੁਣ ਤੁਹਾਨੂੰ ਇਹੀ ਕਹਿ ਰਿਹਾ ਜੋ ਪਰਮੇਸ਼ੁਰ ਪਿਤਾ ਨੇ ਮੈਨੂੰ ਕਿਹਾ ਸੀ ਤੁਹਾਨੂੰ ਕਹਿਣ ਨੂੰ। ਉਹ ਕੀ ਆ? ਨਰਕਾਂ ਤੋਂ ਬਚ ਜਾਓ, ਉੱਥੇ ਨਾ ਜਾਇਓ। ਤੁਹਾਡੇ ਵਾਸਤੇ ਇੱਕ ਰਸਤਾ ਬਣਾਇਆ ਗਿਆ ਹੈ, ਪਰਮੇਸ਼ੁਰ ਨੇ ਆਪ ਬਣਾਇਆ। ਜਿਹੜੇ ਤੁਸੀਂ ਰਸਤੇ ਬਣਾਉਂਦੇ ਆ, ਜਾਂ ਕੋਈ ਮੱਝ ਰਸਤਾ ਬਣਾਉਂਦਾ ਹੈ, ਬਸ਼ੱਕ ਦੀ ਕ੍ਰਿਸਚੀਅਨ ਮੱਝ ਕਿਉਂ ਨਾ ਹੋਵੇ, ਉਹ ਨਹੀਂ ਪਹੁੰਚਣਾ ਹੈਗਾ, ਉਹ ਸ਼ੋਰਟ ਰਹਿ ਜਾਣਾ। ਜਿਹੜਾ ਪਰਮੇਸ਼ੁਰ ਨੇ ਰਸਤਾ ਬਣਾਇਆ, ਉਹ ਹੀ ਇਕੱਲਾ ਪਹੁੰਚਣਾ ਹੈ। ਉਸ ਰਸਤੇ ਦੇ ਬਾਰੇ ਦੱਸ ਰਹੇ ਹਾਂ, ਉਹਦੇ ਬਾਰੇ ਨਵੀਂ ਵੀ ਦੱਸਦੇ ਸੀਗੇ। ਜਿਹੜੇ ਪ੍ਰੋਫਿਟ ਸੀਗੇ, ਜਿੰਨੇ ਵੀ ਸੱਚੇ ਪ੍ਰੋਫਿਟ ਆਏ ਆ, ਉਹ ਸਾਰੇ ਦੱਸਦੇ ਸੀ ਉਹੋ ਹੀ ਰਸਤਾ ਜਿਹੜਾ ਪਰਮੇਸ਼ੁਰ ਨੇ ਬਣਾਇਆ, ਉਹੋ ਹੀ ਤੁਹਾਨੂੰ ਉੱਥੇ ਲਿਜਾ ਸਕਦਾ ਆ। ਅੱਜ ਸਾਨੂੰ ਫੇਕ ਖਬਰਦਾਰੀ ਮਿਲ ਰਹੀ ਆ। ਦ ਬੁੱਕ ਆਫ ਐਕਟਸ ਚੈਪਟਰ 10 ਵਰਸ 43 ਦੇ ਵਿੱਚ ਸਾਨੂੰ ਦੱਸਦਾ ਆ ਵੀ ਸਾਰੇ ਨਵੀਂ, ਜਿੰਨੇ ਵੀ ਪਰਮੇਸ਼ੁਰ ਦੇ ਨਵੀਂ ਆਏ ਸੀ, ਉਹਨੇ ਸਾਰਿਆਂ ਨੇ ਇਹ ਵਾਰਨਿੰਗ ਦਿੱਤੀ ਸੀਗੀ। ਹਾਂਜੀ, ਰਸੂਲਾਂ ਦੇ ਕੰਮ ਉਹਦਾ 10ਵਾਂ ਚੈਪਟਰ ਅਤੇ 43ਵੀਂ ਆਇਤ, ਉਹਦੇ ਉੱਤੇ ਸਭ ਨਵੀਂ ਸਾਖੀ ਦਿੰਦੇ ਹਨ ਕਿ ਜੋ ਕੋਈ ਉਹਦੇ ਉੱਤੇ ਨੀਚਾ ਕਰੇ ਸੋ ਉਹਦੇ ਨਾਮ ਕਰਕੇ ਪਾਪਾਂ ਦੀ ਮਾਫੀ ਪਾਵੇਗਾ। ਆਮੇਨ। ਦੇਖੋ ਕਿੰਨਾ ਸਕਾਲਾ ਪਰਮੇਸ਼ੁਰ ਨੇ ਬਣਾਇਆ। ਮੈਂ ਬਹੁਤ ਵਾਰੀ ਕਹਿੰਦਾ ਹੁੰਦਾ, ਮੈਂ ਫਿਰ ਕਹੂੰਗਾ ਹੁਣ, ਜੋ ਕਹਿੰਦਾ ਵੀ ਸਾਨੂੰ ਕਿਸੇ ਪਹਾੜ 'ਤੇ ਜਾਣਾ ਪੈਣਾ ਜਾਂ ਸਾਨੂੰ ਕਿਸੇ ਦੁਨੀਆ ਦੇ ਦੂਏ ਪਾਸੇ ਕਿਸੇ ਜਗ੍ਹਾ 'ਤੇ ਜਾਣਾ ਪੈਣਾ ਜਾਂ ਸਾਨੂੰ ਹੋਰ ਕੁਛ ਇੱਦਾਂ ਦਾ ਜਿਹੜਾ ਬਹੁਤ ਔਖਾ ਕੋਈ ਕੰਮ ਕਰਨਾ ਪੈਣਾ। ਇੱਕ ਕ੍ਰਿਸ਼ਚੀਅਨਿਟੀ ਦੇ ਵਿੱਚ ਆਦਮੀ ਹੋਇਆ ਸੀ ਜਿਹੜਾ ਬਹੁਤ ਮਹਾਨ ਸੀਗਾ, ਉਹਦੇ ਖਿਆਲ ਦੇ ਵਿੱਚ ਉਹਦੇ ਚਰਚ ਨੂੰ 90 ਪੌੜੀਆਂ ਜਾਂਦੀਆਂ ਹੁੰਦੀਆਂ ਸੀ, ਅਤੇ ਉਹਦੇ ਖਿਆਲ ਸੀਗਾ ਵੀ ਜੇ ਮੈਂ 90 ਪੌੜੀਆਂ ਆਪਣੇ ਗੋਡਿਆਂ 'ਤੇ ਚੜ੍ਹ ਜਾਵਾਂ ਤਾਂ ਖਰਿਆ ਮੈਨੂੰ ਮੁਕਤੀ ਮਿਲ ਜੂਗੀ, ਖਰਿਆ ਮੈਂ ਪਰਮੇਸ਼ੁਰ ਦੇ ਰਸਤੇ ਪੈ ਜੂੰਗਾ। ਪਰ ਉਹ ਪਾਉਂਦਾ ਨਹੀਂ, ਉਹ ਚੜ੍ਹਦਾ ਆ ਪਰ ਉਹ ਕਪਾਉਂਦਾ ਨਹੀਂ ਹੈਗਾ। ਦੋ ਭਰਾ ਮੈਨੂੰ ਜਾਣਦੇ ਆ, ਉਹਨਾਂ ਨੂੰ ਇੰਨੀ ਮੁਸੀਬਤ ਦੇ ਵਿੱਚ ਸੀਗੇ, ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਕਿਸੇ ਜਗ੍ਹਾ 'ਤੇ ਜਾਓ ਪਰ ਲਿਟਦੇ ਹੀ ਜਾਓ 2 ਮੀਲ। ਉਹ ਵਿਚਾਰੇ ਥੱਲੇ ਪੈ ਕੇ ਲਿਟਦੇ ਜਾਂਦੇ ਆ, ਪਰ ਫਿਰ ਵੀ ਉਹਨਾਂ ਨੂੰ ਕੁਛ ਨਹੀਂ ਮਿਲਦਾ ਹੈਗਾ। ਸੱਚੀ ਇੱਦਾਂ ਹੀ ਆ, ਇਹ ਖਾਲੀ ਆ ਚੀਜ਼ਾਂ। ਇੱਕ ਜਿਹੜਾ ਪਰਮੇਸ਼ੁਰ ਨੇ ਰਸਤਾ ਬਣਾਇਆ ਉਹੋ ਹੀ ਸਹੀ ਆ, ਉਹੋ ਹੀ ਸਾਰੇ ਨਵੀਂ ਉਹਦੀ ਸਾਖੀ ਦੇ ਰਹੇ ਆ, ਉਹਦੀ ਵਿਟਨੈਸ ਦੇ ਰਹੇ ਆ ਵੀ ਪਰਮੇਸ਼ੁਰ ਦਾ ਹੀ ਰਸਤਾ ਸਹੀ ਆ, ਪਰਮੇਸ਼ੁਰ ਨੇ
ਤੁਹਾਡੀ ਸਜ਼ਾ ਕ੍ਰੋਸ ਉੱਤੇ ਚੱਲੀ ਹੋਈ ਆ। ਇਹ ਜਿਹੜੀ ਪਾਪਾਂ ਦੀ ਮਜ਼ਦੂਰੀ ਆ ਇਹ ਦੇਣੀ ਪੈਂਦੀ ਆ, ਇਹ ਫ੍ਰੀ ਨਹੀਂ ਕੁਛ ਵੀ ਹੈਗਾ। ਜ਼ਰੂਰ ਸਾਡੇ ਵਾਸਤੇ ਫ੍ਰੀ ਆ, ਪਰ ਪਰਮੇਸ਼ਰ ਦੇ ਪੁੱਤਰ ਨੇ ਸਾਡੀ ਸਜ਼ਾ ਝੱਲੀ ਕਰਕੇ ਸਾਡੇ ਵਾਸਤੇ ਫ੍ਰੀ ਆ। ਅਫੀਸ਼ੀਅਸ ਦੀ ਕਿਤਾਬ ਦੇ ਵਿੱਚ ਉਹਦਾ ਦੂਸਰਾ ਚੈਪਟਰ ਉਹਦੀ 28ਵੀਂ ਆਇਤ, ਉਹਦੀ 8 ਆਇਤ, ਅਫੀਸ਼ੀਅਸ ਚੈਪਟਰ 2 ਵਰਸ 8 ਦੇ ਵਿੱਚ ਉਹ ਸਾਨੂੰ ਦੱਸਦਾ ਵੀ ਇਹ ਚੀਜ਼ ਸਾਡੇ ਵਾਸਤੇ ਫ੍ਰੀ ਆ, ਪਰ ਨੇਚਰ ਦੇ ਨਾਲ ਅਸੀਂ ਪਾਉਂਦੇ ਹਾਂ। ਹਾਂਜੀ, ਅਫੀਸ਼ੀਅਸ ਚੈਪਟਰ 2 ਅਤੇ ਉਹਦੀ 8 ਆਇਤ ਵਿੱਚ ਇੱਦਾਂ ਲਿਖਿਆ, ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਰ ਦੇ ਰਾਹੀਂ ਬਚਾਏ ਗਏ ਅਤੇ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਆਮੇਨ। ਇਹ 100 ਪਾਉਂਡ ਨੂੰ ਨਹੀਂ ਵੇਖਦੀ ਹੈਗੀ, ਸੋਨੇ ਦੀ ਮੁੰਦੀਆਂ ਨੂੰ ਨਹੀਂ ਵੇਖਦੀ ਹੈਗੀ। ਇਹ ਕੀ ਆ? ਫੋਰ ਬਾਏ ਗ੍ਰੇਸ ਯੂ ਆਰ ਸੇਵਡ। ਪਰਮੇਸ਼ਰ ਦੀ ਕਿਰਪਾ ਦੇ ਨਾਲੇ ਅਸੀਂ ਬਚਾਏ ਜਾਂਦੇ ਹਾਂ। ਇਹ ਕਿਰਪਾ ਆ, ਪਰਮੇਸ਼ਰ ਸਾਡੇ 'ਤੇ ਕਿਰਪਾ ਕਰ ਲੈਂਦਾ ਜਦੋਂ ਅਸੀਂ ਉਹਦੇ ਕੋਲ ਆਉਂਦੇ ਹਾਂ, ਅਸੀਂ ਦੁਹਾਈ ਦਿੰਦੇ ਹਾਂ, ਅਸੀਂ ਪਾਪੀ ਹਾਂ, ਸਾਨੂੰ ਬਚਾ ਲਾ। ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਤੁਹਾਡੇ ਵਾਸਤੇ ਰਾਹ ਬਣਾਇਆ ਵਾ, ਵੇਟ ਕਰਦਾ ਸੀ ਤੁਸੀਂ ਮੇਰੇ ਕੋਲ ਆਉਂਗੇ। ਕਹਿੰਦਾ ਫੋਰ ਬਾਏ ਗ੍ਰੇਸ ਆਰ ਯੂ ਸੇਵਡ ਥਰੂ ਫੇਥ ਐਂਡ ਦਿਸ ਇਜ਼ ਨੋਟ ਯੂਰ ਓਨ ਡੂਇੰਗ। ਇਹ ਤੁਹਾਡਾ ਆਪਣਾ ਕੰਮ ਨਹੀਂ ਹੈਗਾ, ਇਟ ਇਜ਼ ਦਾ ਗਿਫਟ ਆਫ ਗਾਡ। ਪਰਮੇਸ਼ੁਰ ਦਾ ਇੱਕ ਤੋਹਫਾ ਆ। ਤੋਹਫੇ ਨੂੰ ਸਾਨੂੰ ਕੀ ਕਹਿਣਾ ਪੈਂਦਾ? ਅਸੀਂ ਹੱਥ ਗਾਹਾਂ ਨੂੰ ਕਰਕੇ ਫੜ ਲੈਂਦੇ ਹਾਂ, ਲੈ ਲੈਂਦੇ ਹਾਂ, ਥੈਂਕ ਯੂ ਕਹਿ ਦਿੰਦੇ ਹਾਂ। ਪਰਮੇਸ਼ੁਰ ਨੇ ਸਾਨੂੰ ਤੋਹਫਾ ਦਿੱਤਾ ਆ, ਸਾਨੂੰ ਇੱਕ ਲੈਣ ਦੀ ਜ਼ਰੂਰਤ ਆ। ਪਰ ਅਫਸੋਸ ਵਾਲੀ ਚੀਜ਼ ਇਹ ਆ, ਅਸੀਂ ਨਹੀਂ ਵੀ ਕਹਿ ਸਕਦੇ ਹਾਂ ਜਦੋਂ ਸਾਨੂੰ ਕੋਈ ਤੋਹਫਾ ਕਹਿ ਦੇ ਰਿਹਾ ਆ, ਅਸੀਂ ਕਹਿੰਦੇ ਨੋ ਥੈਂਕ ਯੂ ਵੀ ਕਹਿ ਸਕਦੇ ਹਾਂ। ਨਹੀਂ ਜੀ, ਅਸੀਂ ਆਪਣੇ ਰਸਤੇ ਵਿੱਚ ਆਪ ਹੀ ਪਹੁੰਚ ਜਾਣਾ। ਅਸੀਂ ਬਹੁਤ ਬਹਾਨੇ ਬਣਾ ਸਕਦੇ ਹਾਂ, ਪਰ ਫਿਰ ਸਾਡੇ ਕੋਈ ਉਮੀਦ ਨਹੀਂ ਹੋਣੀ ਹੈਗੀ। ਅਸੀਂ ਜੋ ਪਰਮੇਸ਼ੁਰ ਨੇ ਰਸਤਾ ਬਣਾਇਆ ਸੀ ਉਹਨੂੰ ਨਹੀਂ ਕਹਿ ਦਿੱਤਾ ਹੈ। ਯੂਹੰਨਾ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਉਹਦੀ 12ਵੀਂ ਆਇਤ ਦੇ ਵਿੱਚ ਸਾਨੂੰ ਦੱਸਦੇ ਆ ਵੀ ਕਿੰਨਾ ਸਕਾਲਾ ਆ ਉਹਨੂੰ ਪਾਉਣ ਨੂੰ। ਜੌਨ ਚੈਪਟਰ 1 ਵਰਸ 12, ਜੋ ਉਹਨਾਂ ਦੀ ਕਿਤਾਬ ਇੰਜੀਲ ਉਹਦਾ ਪਹਿਲਾ ਚੈਪਟਰ ਅਤੇ 12ਵੀਂ ਆਇਤ, ਪਰ ਜਿਨ੍ਹਾਂ ਨੇ ਉਸਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸਦੇ ਨਾਮ ਉੱਤੇ ਨਿਸ਼ਚਾ ਕੀਤੀ। ਆਮੇਨ। ਇੰਨੇ ਸਕਾਲ ਕੀਤਾ। ਬਹੁਤ ਲੋਕ ਕਹਿੰਦੇ ਆ ਸਾਨੂੰ ਦਾਸ ਬਣਾ ਲਾ, ਬਹੁਤ ਲੋਕ ਕਹਿੰਦੇ ਆ ਸਾਨੂੰ ਪੈਰਾਂ ਦੀ ਧੂੜ ਬਣਾ ਲਾ। ਪਰਮੇਸ਼ੁਰ ਨੂੰ ਕਹਿੰਦੇ ਆ ਸਾਨੂੰ ਪੈਰਾਂ ਦੀ ਧੂੜ ਬਣਾ ਲਾ, ਪਰ ਪਰਮੇਸ਼ੁਰ ਕੀ ਕਹਿੰਦਾ? ਕਹਿੰਦਾ ਜਦੋਂ ਤੁਸੀਂ ਮੇਰੇ ਰਸਤੇ ਨੂੰ ਫੜ ਲਓਗੇ, ਜਦੋਂ ਮੇਰੇ ਪੁੱਤਰ ਤੇ ਨਾਂ ਨੂੰ ਪੁਕਾਰੋਗੇ, ਮੈਂ ਤੁਹਾਨੂੰ ਪੈਰਾਂ ਦੀ ਧੂੜ ਨਾ ਹੋ, ਮੈਂ ਤੁਹਾਨੂੰ ਬੇਟੇ ਬੇਟੀਆਂ ਬਣਾ ਲਊਂਗਾ, ਬੇਟੇ ਬੇਟੀਆਂ ਬਣਾ ਲਊਂਗਾ। ਵਾਹ, ਕਿੰਨੇ ਲੋਕ ਸਾਨੂੰ ਕਹਿੰਦੇ ਆ ਪਰਮੇਸ਼ੁਰ ਦਾ ਦਾਸ ਬਣ ਜਾਓ, ਉਹਦੇ ਪੈਰਾਂ ਦੀ ਮਿੱਟੀ ਬਣ ਜਾਓ, ਪਰ ਉਹ ਕਹਿੰਦਾ ਨਹੀਂ, ਜਦੋਂ ਤੁਸੀਂ ਤੋਬਾ ਕੀਤੀ, ਜਦੋਂ ਤੁਸੀਂ ਆਪਣੇ ਪਾਪਾਂ ਤੋਂ ਮੁੜੇ, ਤਾਂ ਕਹਿੰਦਾ ਮੈਂ ਤੁਹਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਊਂਗਾ। ਉਹ ਸਾਨੂੰ ਇਹ ਹੱਕ ਦੇਣਾ ਚਾਹੁੰਦਾ ਆ। ਦੇਖੋ ਕਿੰਨਾ ਅਜੀਬ ਚੀਜ਼ ਆ, ਕਿੰਨਾ ਵਧੀਆ ਪਰਮੇਸ਼ੁਰ ਨੇ ਸਾਡੇ ਵਾਸਤੇ ਬਣਾਇਆ, ਅਸੀਂ ਕਾਹਤੇ ਨਹੀਂ ਕਹੀ ਜਾਂਦੇ ਹਾਂ, ਅਸੀਂ ਕਾਹਤੇ ਮੂੰਹ ਮੋੜੀ ਜਾਂਦੇ ਹਾਂ। ਇੱਕ ਅੱਜ ਤਾਂ ਆਪਾਂ ਫਿਰ ਪੜ੍ਹਾਂਗੇ, ਇੱਕ ਹੋਰ ਪੜ੍ਹਾਂਗੇ, ਫਿਰ ਇਹਨੂੰ ਆਪਾਂ ਬੰਦ ਕਰ ਦੇਣੀ ਆ। ਅਤੇ ਸਿੰਧੇ ਦੋ ਗੱਲਾਂ ਕਹੂੰਗੀ, ਫਿਰ ਮੈਂ ਪ੍ਰੇ ਕਰੂੰਗਾ ਤੁਹਾਡੇ ਵਾਸਤੇ, ਜੇ ਤੁਸੀਂ ਚਾਹੁੰਦੇ ਆ ਤਾਂ ਤੁਸੀਂ ਅੱਜ ਇਸ ਰਸਤੇ ਨੂੰ ਫੜ ਸਕਦੇ ਹਾਂ, ਅੱਜ ਤੁਸੀਂ ਨਰਕਾਂ ਤੋਂ ਰਸਤੇ ਤੋਂ ਉਤਰ ਸਕਦੇ ਹਾਂ ਅਤੇ ਸਵਰਗਾਂ ਦੇ ਰਸਤੇ 'ਤੇ ਆ ਸਕਦੇ ਹਾਂ। ਹਾਂਜੀ, ਰਸੂਲਾਂ ਦੇ ਕੰਮ, ਦ ਬੁੱਕ ਆਫ ਐਕਟਸ ਚੈਪਟਰ 10 ਵਰਸ 38। ਹਾਂਜੀ, ਰਸੂਲਾਂ ਦੇ ਕਰਤੱਵ ਉਹਦਾ 10ਵਾਂ ਚੈਪਟਰ ਅਤੇ ਉਹਦੀ 38 ਆਇਤ, ਅਰਥਾਤ ਯੇਸੂ ਨਾਸਰੀ, ਭਈ ਪਰਮੇਸ਼ੁਰ ਨੇ ਕਿਸ ਵਿਧ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰਥਾ ਦੇ ਨਾਲ ਮੱਸਾ ਕੀਤਾ, ਜੋ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ, ਕਿਉਂ ਜੋ ਪਰਮੇਸ਼ੁਰ ਉਹਦੇ ਨਾਲ ਸੀ। ਆਮੇਨ। ਕੱਲਾ ਮੁਕਤੀ ਨਹੀਂ ਦਿੰਦਾ ਸੀ,
ਉਹ ਬਿਮਾਰੀਆਂ ਤੋਂ ਵੀ ਛੁਟਕਾਰਾ ਦਿੰਦਾ ਸੀ, ਜਿਨ੍ਹਾਂ ਨੂੰ ਸ਼ੈਤਾਨ ਨੇ ਜਕੜਿਆ ਸੀਗਾ, ਜਿਹੜੇ ਓਪਰੇਸ਼ਨ ਡਿਪਰੈਸ਼ਨ ਦੇ ਥੱਲੇ ਸੀਗੇ, ਉਹਨਾਂ ਨੂੰ ਵੀ ਪਰਮੇਸ਼ੁਰ ਉਹਨਾਂ ਨੂੰ ਵੀ ਛੁਟਕਾਰਾ ਦਿੰਦਾ ਸੀਗਾ, ਉਹਨਾਂ ਨੂੰ ਵੀ ਯਿਸੂ ਮਸੀਹ ਠੀਕ ਕਰਦਾ ਫਿਰਦਾ ਸੀ। ਇਹਨਾਂ ਚੀਜ਼ਾਂ ਦੇ ਨਾਲ ਉਹ ਸਬੂਤ ਕੀਤਾ ਵੀ ਜਿਹੜਾ ਉਹ ਮੈਸੇਜ ਦੱਸ ਰਿਹਾ ਉਹ ਸਹੀ ਆ, ਪਰਮੇਸ਼ੁਰ ਵੱਲੋਂ ਆ। ਅਤੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਜੋ ਵੀ ਅਸੀਂ ਤੁਹਾਨੂੰ ਦੱਸਿਆ, ਸਾਰੀਆਂ ਬਾਈਬਲ ਦੇ ਵਿੱਚੋਂ ਸਾਰੀਆਂ ਆਇਤਾਂ ਅਸੀਂ ਤੁਹਾਨੂੰ ਦੱਸੀਆਂ। ਤੁਸੀਂ ਮੁੜ ਕੇ ਫੇਰ ਸੁਣ ਕੇ ਆਪਣੀ ਬਾਈਬਲ ਲੈ ਕੇ ਤੁਸੀਂ ਇਕੱਲੀ ਇਕੱਲੀ ਆਇਤ ਪੜ੍ਹ ਸਕਦੇ ਹਾਂ, ਆਪ ਚੈੱਕ ਕਰ ਸਕਦੇ ਹਾਂ। ਸੋ ਦੋਨੀ ਇਹ ਜਿਹੜੇ ਮੈਸੇਜ ਸੀਗੇ ਤੁਸੀਂ ਸੁਣਨੇ ਆ ਅਤੇ ਇਹਨਾਂ 'ਤੇ ਧਿਆਨ ਦੇਣਾ ਆ। ਅਤੇ ਜੇ ਤੁਸੀਂ ਇਸ ਵੇਲੇ ਗਲਤ ਰਸਤੇ 'ਤੇ ਆ, ਯਿਸੂ ਮਸੀਹ ਵੀ ਰਸਤਿਆਂ ਦੀ ਗੱਲ ਕਰ ਰਿਹਾ ਸੀ, ਉਹ ਕਹਿੰਦਾ ਇੱਕ ਰਸਤਾ ਉਹ ਬਹੁਤ ਖੁੱਲ੍ਹਾ ਆ ਅਤੇ ਕਹਿੰਦਾ ਬਹੁਤ ਲੋਕ ਉੱਤੇ ਜਾ ਰਹੇ ਆ, ਉਹ ਸਿੱਧਾ ਹੀ ਨਰਕਾਂ ਨੂੰ ਜਾ ਰਿਹਾ ਆ। ਕੁਛ ਨਹੀਂ ਤੁਹਾਨੂੰ ਕਰਨਾ ਪੈਣਾ, ਆਟੋਮੈਟਿਕਲੀ ਤੁਹਾਨੂੰ ਉਹਨੇ ਨਰਕਾਂ ਦੇ ਵਿੱਚ ਲੈ ਜਾਣਾ। ਦੂਸਰਾ ਰਸਤਾ ਉਹ ਕਹਿੰਦਾ ਬਹੁਤ ਭੀੜਾ ਆ, ਥੋੜ੍ਹੇ ਹੀ ਉੱਥੇ ਕਹਿੰਦਾ ਜਾ ਰਹੇ ਆ, ਪਰ ਕਹਿੰਦਾ ਉਹ ਨਰਕਾ ਉਹ ਰਸਤਾ ਤੁਸੀਂ ਫੜਨਾ ਆ, ਕਰਕੇ ਉਹ ਤੁਹਾਡੇ ਘਰ ਨੂੰ ਲੈ ਕੇ ਜਾਊਗਾ, ਉਹ ਸਵਰਗੀ ਪਿਤਾ ਦੇ ਕੋਲ ਲੈ ਕੇ ਜਾਊਗਾ। ਸੋ ਅੱਜ ਤੁਹਾਨੂੰ ਰਸਤਾ ਚੇਂਜ ਕਰਨ ਦੀ ਜ਼ਰੂਰਤ ਆ। ਜਿਹੜਾ ਖੁੱਲ੍ਹਾ ਰਸਤਾ ਹੈ ਉਹਨੂੰ ਛੱਡ ਦਿਓ, ਭੀੜੇ ਰਸਤੇ ਨੂੰ ਫੜ ਲਓ। ਜ਼ਰੂਰ ਉਹਦੇ ਵਿੱਚ ਮੁਸੀਬਤਾਂ ਆ ਸਕਦੀਆਂ, ਉਹਦੇ ਵਿੱਚ ਪ੍ਰੋਬਲਮਸ ਆ ਸਕਦੀਆਂ, ਈਜ਼ੀ ਨਹੀਂ ਹੈਗਾ। ਯਿਸੂ ਮਸੀਹ ਕਹਿੰਦਾ ਸੀ ਜਿਹੜਾ ਭੀੜਾ ਰਸਤਾ ਉਹ ਈਜ਼ੀ ਨਹੀਂ ਹੈਗਾ, ਜਿਹੜਾ ਖੁੱਲ੍ਹਾ ਰਸਤਾ ਉਹ ਈਜ਼ੀ ਆ। ਕਿਸੇ ਨੇ ਕੁਛ ਨਹੀਂ ਕਹਿਣਾ ਹੈਗਾ, ਅੱਖਾਂ ਮੀਟ ਕੇ ਤੁਰੇ ਚੱਲੋ, ਸਿੱਧੇ ਹੀ ਤੁਸੀਂ ਨਰਕਾਂ ਦੇ ਵਿੱਚ ਪਹੁੰਚ ਜਾਣਾ। ਜਾਂ ਤੁਸੀਂ ਅੱਜ ਦੀ ਖਬਰਦਾਰੀ ਲੈ ਲਓ, ਭੀੜੇ ਰਸਤੇ 'ਤੇ ਆ ਜਾਓ, ਅਤੇ ਜਿਹੜੀ ਸਦਾ ਦੀ ਅੱਗ ਬਲਦੀ ਹੈ ਜਿੱਥੇ ਤੁਸੀਂ ਜਾ ਕੇ ਲੂਸਣਾ ਆ, ਉੱਥੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ, ਉੱਥੋਂ ਬਚ ਸਕਦੇ ਹੋ। ਇਹ ਅੱਜ ਸਾਡਾ ਖੁਸ਼ਖਬਰੀ ਦਾ ਮੈਸੇਜ ਹੈ ਤੁਹਾਡੇ 'ਤੇ। ਸੋ ਜ਼ਰੂਰ ਇਹਨੂੰ ਡਿਸਮਿਸ ਨਹੀਂ ਕਰਨਾ, ਇਹਦੇ ਬਾਰੇ ਸੋਚਣਾ, ਇਹਦੇ ਬਾਰੇ ਸਟੱਡੀ ਕਰਨਾ, ਅਤੇ ਮਗਰੋਂ ਆਪਣਾ ਫੈਸਲਾ ਸਹੀ ਕਰਨਾ। ਆਮੇਨ। ਹਾਂਜੀ ਸਰ, ਉਹ ਮੇਰੇ ਖਿਆਲ 'ਚ ਬਾਹਲਾ ਕੁਛ ਕਹਿਣ ਨੂੰ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਚਾਹੇ ਤੁਸੀਂ ਯਿਸੂ ਮਸੀਹ ਨੂੰ ਜਾਣਦੇ ਜਾਂ ਪਛਾਣਦੇ ਆ ਜਾਂ ਨਹੀਂ, ਕਿਸੇ ਵੀ ਧਰਮ ਨੂੰ ਮੰਨਦੇ, ਕਿਸੇ ਵੀ ਜਾਤੀ ਦੇ ਲੋਕ ਹੋ, ਕਿਸੇ ਵੀ ਰੰਗ ਦੇ ਲੋਕ ਹੋ, ਸਾਰੇ ਜਾਣਦੇ ਆ ਕਿ ਨਰਕ ਹੈਗਾ ਆ। ਪਰ ਹਕੀਕਤ ਵਿੱਚ ਸਾਨੂੰ ਉਹ ਰਸਤਾ ਫੜਨਾ ਪੈਣਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਆ ਮੌਤ ਤੋਂ ਬਾਅਦ ਜਜਮੈਂਟ ਆਉਣੀ ਆ, ਅਤੇ ਸਵਰਗ ਵੀ ਹੈਗੇ ਅਤੇ ਨਰਕ ਵੀ ਹੈਗੀ ਆ। ਪਰ ਮੈਂ ਹਰ ਵੇਲੇ ਇੱਦਾਂ ਕਹਿੰਦੀ ਹੁੰਦੀ, ਆਪਾਂ ਉੱਥੇ ਪਹੁੰਚਣਾ ਆ ਜਿਸ ਦਾ ਟਿਕਟ ਲਿਆ ਹੋਇਆ, ਫੈਸਲਾ ਕੀਤਾ ਹੋਇਆ। ਤੁਸੀਂ ਕਿਸੇ ਪਾਸੇ ਨੂੰ ਨਾ ਮੁੜੋ, ਕੋਈ ਧਰਮ ਨਾ ਚੇਂਜ ਕਰੋ, ਕੋਈ ਪਹਿਰਾਵਾ ਨਾ ਚੇਂਜ ਕਰੋ, ਕੋਈ ਰੰਗ ਨਾ ਚੇਂਜ ਕਰੋ, ਸਿਰਫ ਅਤੇ ਸਿਰਫ ਇਹ ਦੇਖੋ ਕਿ ਅਸੀਂ ਇੱਕ ਇਨਸਾਨ ਹਾਂ ਅਤੇ ਪਰਮੇਸ਼ੁਰ ਨੇ ਸਾਡੇ ਵਾਸਤੇ ਕੁਛ ਬਣਾਇਆ ਹੈ। ਜਿਹੜਾ ਰਸਤਾ ਉਹਨੇ ਬਣਾਇਆ ਉਹ ਕਿਹੜਾ ਹੋ ਸਕਦਾ ਹੈ ਜਿਹੜਾ ਸਾਨੂੰ ਸਵਰਗਾਂ ਨੂੰ ਲੈ ਕੇ ਜਾ ਸਕਦਾ ਹੈ। ਸਾਰੇ ਇਸ ਚੀਜ਼ ਦੇ ਵਿੱਚ ਵੀ ਯਕੀਨ ਕਰਦੇ ਆ ਕਿ ਪਰਮੇਸ਼ੁਰ ਇੱਕ ਆ, ਅਤੇ ਸਾਰੇ ਇਸ ਚੀਜ਼ ਦੇ ਵਿੱਚ ਵੀ ਲੋਕ ਯਕੀਨ ਕਰਦੇ ਕਿ ਜਾਤੀ ਇੱਕੋ ਹੀ ਹੈ, ਕੋਈ ਜਾਤ ਪਾਤ ਹੈ ਨਹੀਂ ਗਾ, ਕੋਈ ਧਰਮ ਹੈ ਨਹੀਂ ਗਾ। ਪਰ ਫਿਰ ਵੀ ਬਹੁਤ ਸਾਰੀਆਂ ਲੜਾਈਆਂ ਲੱਗੀਆਂ ਆ, ਫਿਰ ਵੀ ਬਹੁਤ ਸਾਰੀਆਂ ਇੱਕ ਦੂਜੇ ਨੂੰ ਦੋਸ਼ ਲਾਉਣ ਵਾਸਤੇ, ਇੱਕ ਦੂਜੇ ਦੇ ਉੱਤੇ ਦਾਵਾ ਕਰਨ ਵਾਸਤੇ ਇਨਸਾਨ ਜਾਤੀ ਜਿਹੜੀ ਹੈ ਭਰਮਾਈ ਜਾ ਰਹੀ ਆ। ਪਰ ਸਾਡੀਆਂ ਪ੍ਰਭੂ ਅੱਖਾਂ ਖੋਲ੍ਹੇ ਕਿ ਅਸੀਂ ਪਛਾਣ ਸਕੀਏ ਕਿ ਸੱਚਿਆਈ ਕੀ ਆ। ਕਿਉਂਕਿ ਬਾਈਬਲ ਦੇ ਵਿੱਚ ਬਚਨ ਆਉਂਦਾ ਕਿ ਜੇ ਤੁਸੀਂ ਸੱਚਿਆਈ ਨੂੰ ਜਾਣੋਗੇ ਤਾਂ ਸੱਚਿਆਈ ਤੁਹਾਨੂੰ ਆਜ਼ਾਦ ਕਰ ਸਕਦੀ। ਸੱਚਿਆਈ ਜਾਣਨਾ ਬਹੁਤ ਜ਼ਿਆਦਾ ਜ਼ਰੂਰਤ ਵਾ। ਸਾਰੇ ਲੋਕਾਂ ਦੇ ਆਪੋ ਆਪਣੇ ਖਿਆਲ ਹੋ ਸਕਦੇ ਆ, ਪਰ ਆਪਾਂ ਆਪਣਾ ਫੈਸਲਾ ਕਰਨਾ ਆ ਸੱਚਿਆਈ ਕੀ ਆ, ਕਿ ਅਸੀਂ ਨਰਕਾਂ ਨੂੰ ਜਾਣ ਵਾਲੇ ਹਾਂ ਜਾਂ ਸਵਰਗਾਂ ਨੂੰ ਜਾਣ ਵਾਲੇ ਹਾਂ। ਮੌਤ ਆਉਣੀ ਆਉਣੀ ਆ, ਅਤੇ ਇੱਕ ਜਗ੍ਹਾ ਅਸੀਂ ਜਾਣਾ ਹੀ ਜਾਣਾ ਆ, ਬਾਕੀ ਫੈਸਲਾ ਤੁਸੀਂ ਕਰੋ। ਸੱਚਿਆਈ ਨੂੰ ਤੁਸੀਂ ਟੋਲੋ,
जे तुसी लभ सकते हैं। सच्चाई टोलनी दूर नहीं, बहुत बारी जे असी ध्यान ला के बैठ जाइए, कह दईए पिता स्वर्गा विच जिहड़ा तू स्वर्गा स्वर्गी पिता है, मेरे ते अपना भेत खोल, मैनू अपना राह दिखाल, ते पवित्र आत्मा जी आके आप तुहाडे नाल गल्लां करूंगे, आप उन्हां लोकां दे नाल तुहाडा मेल करा देंगे। सो जरूरत वा असी इक्को ही गल दी खोज कर लईए कि सच्चाई की आ, करके इस चीज़ नूं सारे मानदे, धर्म तां सारे इक्को ही आ, रब इक्को ही आ, फिर लड़ाइयां काहदियां आ, फिर क्यों जिहड़ा बैरी सानूं भरमा रहा है उहदे क्यों उहदे मगर लगे आ, जिहड़ा दुख तकलीफां आ, दोष लाउणे आ, झूठियां गल्लां आ, इह परमेश्वर वल्लों नहीं, इह बैरी वल्लों, इन्ना आपां पछाण सकदे आ। परमेश्वर ने सानू, पिता परमेश्वर जिहड़ा दुनिया का साजना अगवा, उन्होंने सानू रास्ता बना के भी भेजिया, उन्होंने सानू सच्चाई भी दसी आ, वो सानू प्यार भी करते हैं, शांति भी देंदे आ, पर साड़ी मर्जी आ कि असी की लै रहे हैं, किहड़ी सच्चाई नू जानते हैं। सो अज सच्चाई नू जानने वास्ते आपां प्रार्थना करिए कि प्रभु जी मेरी, पिता परमेश्वर मेरिया दिल दियां अक्खां नू खोल, जे जात पात है नहीं, रंग का नहीं फर्क, धर्म का नहीं फर्क, परमेश्वर एक वा तो फिर केड़ा फर्क वा, उहदे वास्ते प्रार्थना करो कि मेरे दिल दियां अक्खां नू खोलिया जावे, ताकि मैं पछाण लवां कि मैं किहड़ा रास्ते ते जावां जिहदे विच नरकां दी अग चों बच के ते उस पिता दे कोल जाके बैठ सकां। आमेन। आमेन। ओके जी, आपां प्रे करदे हां। जे तुसीं इस वेले देखिया भी तुसीं रोंग रास्ते ते आ, तुसीं खुले रास्ते ते आ, पर तुसीं परमेश्वर दे भीड़े रास्ते ते आना चाहुंदे आ। यीशु मसीह कहिंदा सी, आई एम द वे द ट्रूथ एंड द लाइफ, नो वन कम्स टू द फादर एक्सेप्ट थ्रू मी। जे तुसीं उस रास्ते ते चढ़ना चाहुंदे आ, अज तुसीं आ सकते आ। मैं प्रे करन लगा, तुसीं मेरे नाल प्रे करनी आ, ते परमेश्वर तुहानू सही रास्ते ते लैऊगा, अपने बेटे बेटियां बना लूगा, धूड़ पैरों की धूड़ नहीं, ओके, अपने बेटे बेटियां बना लूगा। आ जाओ आप प्रे करिए। थैंक यू फादर, थैंक यू, थैंक यू, थैंक यू। स्वर्ग पिता, अं थोड़ा धन्यवाद, थोड़ी बड़े करते हैं। असी इस वेले जिन्हें भी मेरे भैन भरा सुन रहे हैं, स्वर्ग पिता असी चाहते हैं स्वर्ग पिता थानू जानने वाले हो। यीशु मसीह ने भी सानू दसिया, वो चाहता गॉड इज़ नाउ विलिंग, परमेश्वर नहीं चाहता कोई भी नरक में जाए, हरे सारे बच जा। स्वर्गीय असं चाहते हैं जिन्हें मेरे भैन भरा इस वेले सुन रहे हैं, सारे दे कृपा करो, उन्होंने मन खोल दो, तो स्वर्गीय वो जो हूँ कबूल करने तैयार है, उन्होंने अपने बेटे बेटियां बना लो। इन द नेम ऑफ जीसस, थैंक यू फादर। तू किसी भी तुसी नहीं नहीं कहते है, जो भी कोई थोड़े वाल आता है, तुसी अपने कलावे में ले लें, ਤੁਸੀਂ ਉਹਨਾਂ ਨੂੰ ਜੱਫੀਆਂ ਪਾਉਂਦੇ ਹਾਂ, ਚੁੰਮਦੇ ਹਾਂ, ਤਾਂ ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਤੁਹਾਡੇ ਬੱਚੇ ਜਿਹੜੇ ਗੁਆਚੇ ਸੀ, ਰੋਂਗ ਰਸਤੇ 'ਤੇ ਪਏ ਹੋ ਸੀਗੇ, ਇਸ ਵੇਲੇ ਤੁਹਾਡੇ ਕੋਲ ਆ ਕੇ ਤੁਹਾਡੇ ਕੋਲ ਨੂੰ ਆਉਂਦੇ ਹਾਂ, ਤੁਸੀਂ ਉਹਨਾਂ ਨੂੰ ਕਲਾਵੇ ਵਿੱਚ ਲੈ ਲਓ, ਆਪਣੇ ਬਣਾ ਲਓ। ਤਾਂ ਸਵਰਗ ਪਿਤਾ ਅਸੀਂ ਉਹਨਾਂ ਵਾਸਤੇ ਪ੍ਰੇ ਕਰਨੇ ਚਾਹੁੰਦੇ ਹਾਂ ਜਿਹੜੇ ਇਸ ਵੇਲੇ ਸਵਰਗ ਦੇ ਕਿਸੇ ਬਿਮਾਰੀ ਦੇ ਥੱਲੇ ਆ, ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਆ। ਅਸੀਂ ਯੇਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਉਹਨਾਂ 'ਤੇ ਕਿਰਪਾ ਕਰੋ ਸਵਰਗ ਪਿਤਾ, ਕਰਕੇ ਯੇਸੂ ਮਸੀਹ ਬਦਲਿਆ ਨਹੀਂ ਹੈਗਾ, ਉਹ ਸੇਮ ਹੀ ਆ, ਅਤੇ ਉਹ ਅੱਜ ਵੀ ਬਿਮਾਰਾਂ ਨੂੰ ਠੀਕ ਕਰ ਰਿਹਾ ਆ। ਤਾਂ ਸਵਰਗ ਪਿਤਾ, ਤੁਸੀਂ ਯੇਸੂ ਮਸੀਹ ਦੇ ਨਾਂ ਦੇ ਵਿੱਚ ਉਹਨਾਂ ਨੂੰ ਸ਼ਿਫਾ ਦੇ ਦਿਓ, ਉਹਨਾਂ ਨੂੰ ਠੀਕ ਕਰ ਦਿਓ। ਡਿਪਰੈਸ਼ਨ, ਓਪਰੈਸ਼ਨ ਯੇਸੂ ਮਸੀਹ ਦੇ ਨਾਂ ਦੇ ਵਿੱਚ ਟੁੱਟ ਜਾਵੇ, ਉਹਨਾਂ ਨੂੰ ਛੁਟਕਾਰਾ ਦੇ ਦਿਓ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯੇਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੇਨ, ਆਮੇਨ। ਪ੍ਰਾਈਸ ਦਾ ਲੋਰਡ, ਮੇਰੀ ਵੀ ਇਹੀ ਪ੍ਰਾਰਥਨਾ ਆ ਕਿ ਪ੍ਰਭੂ ਆਪਣੇ ਸਾਰਿਆਂ ਦੀ ਅੱਖਾਂ ਨੂੰ ਖੋਲ੍ਹੇ, ਅਤੇ ਆਪਣੀ ਸੱਚਾਈ ਸਾਡੇ 'ਤੇ ਜ਼ਾਹਰ ਕਰੇ, ਅਤੇ ਸਾਨੂੰ ਹਿੰਮਤ ਬਲ ਦੇਵੇ, ਅਸੀਂ ਉਸ ਰਾਸਤੇ ਨੂੰ ਜਾ ਸਕੀਏ। ਬਹੁਤ ਲੋਕਾਂ ਦੇ ਵਿੱਚ ਡਰ ਵਾ, ਘਬਰਾਹਟ ਵਾ, ਅਤੇ ਬਹੁਤ ਲੋਕਾਂ ਨੂੰ ਭਰਮਾਇਆ ਜਾਂਦਾ ਆ। ਆਪਾਂ ਉਹਨਾਂ ਸਾਰਿਆਂ ਦੇ ਉੱਤੇ ਫਤਿਹ ਪਾ ਸਕਦੇ ਹਾਂ। ਡਰਨ ਦੀ ਕੋਈ ਲੋੜ ਨਹੀਂ ਹੁੰਦੀ, ਜਿੱਦਾਂ ਆਪਾਂ ਬਚਨ ਵਿੱਚ ਪੜ੍ਹਿਆ ਕਿ ਅਸੀਂ ਉਸ ਪਰਮੇਸ਼ਰ ਕੋਲ ਜਾਈਏ ਜਿਹੜਾ ਸਾਨੂੰ ਮਾਰਨ ਤੋਂ ਬਾਅਦ ਕਿੱਥੇ ਭੇਜ ਸਕਦਾ ਹੈ, ਨਰਕਾਂ ਦੀ ਅੱਗ ਦੇ ਵਿੱਚ।
उस इंसान तो डरीए ना जिहड़ा सानू दबका के साडे राह बदलना चाहुंदा है, दबका के सानू अपने काबू विच रखना चाहुंदा है, पर मौत तो बाद वो कुछ नहीं कर सकता। सो आपां अपना फैसला निडर होके करिए कि असी पिता परमेश्वर जिन्हें सानू बनाया उहदे कोल जा सकीए। आमेन। आमेन। आपां उदों तक लई तुहानूं विदा मंगदे हां ते तुसी ठीक ठाक रहो, प्रभु की कृपा विच रहो, प्रभु सानू भी आओ दी कृपा विच रखे ते आपां संडे नूं 3:30 बजे फिर लाइव होवांगे ते प्रभु उदों तक तुहानूं ब्लैस करे ते फ्राइडे नूं भी 3:30 बजे आपां फिर मिलांगे जे यीशु मसीह जी दूजी बार अपने लोगों नूं लैण वास्ते ना आए। जे आ गए जिदा मैं कहिंदी नहीं आपां नूं हर मिनट हर पल तैयार रहना चाहिए, जे यीशु मसीह ना आए तो साढ़े ते मौत भी आ सकती है, इस दुनिया नूं छड्डन दा टाइम भी आ सकता है ते फिर भी असीं उत्थे ही जाना है। इस करके सानूं तैयारी करन दी लोड़ आ हर वेले कि असीं तैयार रहीए कि जदों ही बुलावा आवे तो असीं उहदे नाल जाण नूं तैयार हो सकीए। उदों तक लई जय मसीह दी, जय मसीह दी, ब्लैस्ड होवो ते दूजिआं नूं ब्लैस करो। प्रेज़ द लॉर्ड।